ਸਤਿ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਮੈ ਮੂਰਖ ਕੀ ਕਿਤਕ ਬਾਤ ਹੈ ਕੋਟ ਪਰਾਦੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸਨਾ ਪਰਿਆਰੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸਨਾ ਪਰਿਆਰੇ ਜੁਗ ਜੁਗਤਾਲ ਚਬਰ ਸ਼ਤਰ ਤਖਤ ਦੇ ਮਾਲਿਕ ਸਾਹਿਬ ਤਨਤਨ ਸਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤ ਗੁਰਾਂ ਦੀ ਪਾਵਨ ਪਵਿੱਤਰ ਮਿੱਟੀ ਨਿੱਕੀ ਗੋਦੀ ਦਾ ਆਨੰਦ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰਾਂ ਦੇ ਚਰਨਾਂ ਦੇ ਵਿੱਚ ਬੈਠ ਕੇ ਬੜਾ ਹੀ ਆਪ ਜੀ ਨੇ ਰਸ ਪੀਨਾ ਮਧੁਰ ਕੀਰਤਨ ਸਰਵਣ ਕੀਤਾ ਹੈ ਤੋ ਵੱਡੇ ਭਾਗ ਹੁੰਦੇ ਨੇ ਜਦੋਂ ਗੁਰੂ ਦੀ ਬਾਣੀ ਸੁਣਨ ਨੂੰ ਪੜਨ ਨੂੰ ਜਪਣ ਨੂੰ ਮਿਲੇ ਜਨਮ ਜਨਮ ਦੀਆਂ ਮਿਹਲਾ ਉੱਤਰਦੀਆਂ ਨੇ ਬਾਣੀ ਪੜ ਕੇ ਬਾਣੀ ਸੁਣ ਕੇ ਬਾਣੀ ਮੰਨ ਕੇ ਔਰ ਬਾਣੀ ਵਿੱਚ ਸਾਨੂੰ ਮਹਾਰਾਜ ਜੀ ਸੋਚੀ ਦਿੰਦੇ ਨੇ ਕਿ ਸਾਨੂੰ ਜੀਵਨ ਕਿਉਂ ਮਿਲਿਆ ਹੈ ਬਾਣੀ ਨਹੀਂ ਪੜਾਂਗੇ ਪਤਾ ਹੀ ਨਹੀਂ ਚੱਲੇਗਾ ਅਸੀਂ ਸੋਚਾਂਗੇ ਸ਼ਾਇਦ ਇਹੀ ਜ਼ਿੰਦਗੀ ਹੈ ਕੀ ਪਹਿਲਾਂ ਬਚਪਨ ਵਿੱਚ ਪੜਾਈਆਂ ਕਰ ਲਓ ਵੱਡੇ ਹੋ ਜਾਓ ਵਿਆਹ ਕਰਾ ਲਓ ਬੱਚੇ ਪੈਦਾ ਕਰ ਲਓ ਉਹਨਾਂ ਨੂੰ ਪਾਲਣ ਪੋਸਣ ਕਰ ਲਓ ਔਰ ਮਰ ਜਾਓ ਜਦੋਂ ਬਾਣੀ ਪੜਾਂਗੇ ਸਮਝਾਂਗੇ ਕਿ ਗੁਰੂ ਮਹਾਰਜ ਸਾਨੂੰ ਸੋਝੀ ਦਿੰਦੇ ਨੇ ਭਾਈ ਜੀਵਨ ਕਿਉਂ ਮਿਲਿਆ ਹੈ ਭਈ ਪ੍ਰਾਪਤ ਮਨ ਕੁਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਥ ਸੰਗਤ ਪਜ ਕੇਵਲ ਨਾਮ ਗੋਬਿੰਦ ਜੀ ਨੂੰ ਮਿਲਣ ਦੀ ਇਹ ਵਾਰੀ ਹੈ ਕਿਸੇ ਵਿਰਲੇ ਨੂੰ ਹੀ ਜੀਵਨ ਦੇ ਵਿੱਚ ਪ੍ਰੀਤ ਪੈਦਾ ਹੁੰਦੀ ਹੈ ਗੋਬਿੰਦ ਜੀ ਦੇ ਨਾਲ ਵਿਰਲੇ ਨੂੰ چاہے ਬਾਣੀ ਸਾਨੂੰ ਸਮਝਾ ਵੀ ਰਹੀ ਹੈ ਕਿ ਜੀਵਨ ਕਿਉਂ ਮਿਲਿਆ ਹੈ ਫਿਰ ਵੀ ਆਪਣੇ ਚੈੱਕ ਕਰ ਲਈਏ ਬੇਸ਼ੱਕ ਮਨਾਂ ਨੂੰ ਅਸੀਂ ਕਿਸੇ ਵਿਰਲੇ ਦੇ ਅੰਦਰ ਹੀ ਇਹ ਪ੍ਰੀਤੀ ਪੈਦਾ ਹੁੰਦੀ ਹੈ ਕਿ ਗੋਬਿੰਦ ਜੀ ਨੂੰ ਮਿਲਿਆ ਜਾਵੇ ਨਈ ਤਾਂ ਬਾਣੀ ਪੜ ਕੇ ਨਾਮ ਜਪ ਕੇ ਸਭ ਕੁਝ ਕਰਕੇ ਵੀ ਮੰਗ ਇਹੀ ਹੁੰਦੀ ਆ ਕਿ ਸੰਸਾਰ ਮਿਲ ਜਾਵੇ ਸੰਸਾਰ ਦੇ ਪਦਾਰਥ ਸੰਸਾਰ ਦੇ ਭੋਗ ਸੰਸਾਰ ਦੇ ਸਾਧਨ ਇਹੀ ਮੰਗਦੇ ਰਹਿ ਜਾਂਦੇ ਹਾਂ ਕਿਸੇ ਬਿਰਲੇ ਨੂੰ ਹੀ ਅੰਦਰ ਪ੍ਰੀਤੀ ਪੈਦਾ ਹੁੰਦੀ ਆ ਕਿ ਗੋਬਿੰਦ ਜੀ ਨੂੰ ਮਿਲਿਆ ਜਾਵੇ ਔਰ ਜਦ ਤੱਕ ਜਦ ਤੱਕ ਸਾਡੇ ਅੰਦਰ ਪ੍ਰੀਤ ਨਹੀਂ ਨਾ ਪੈਦਾ ਹੋਵੇਗੀ ਗੱਲ ਨਹੀਂ ਬਣੇਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਕਹਿੰਦੇ ਨੇ ਅਤ ਸੁੰਦਰ ਕੁਲীন ਚਤੁਰ ਮੁਖ ਗਿਆਨੀ ਧਨਵੰਤ ਮਿਰਤ ਕਹੀ ਅਨੰਕਾ ਜੇ ਪ੍ਰੀਤ ਨਹੀਂ ਭਗਵੰਤ ਸਾਰੇ ਸੰਸਾਰਿਕ ਲੋਕ ਅਸੀਂ ਇਹ ਚਾਹਦੇ ਹਾਂ ਵੀ ਸਾਡੇ ਵਿੱਚ ਇਹ ਗੁਣ ਹੋਣ ਇਹ ਸਾਰੇ ਗੁਣ ਰਾਵਣ ਦੇ ਵਿੱਚ ਸਨ ਅਤ ਸੁੰਦਰ ਸਭ ਜਾਣਦੇ ਨੇ ਸੋਹਣਾ ਹੋ ਜੀਏ ਸੋਹਣੇ ਲੱਗਣ ਲਈ ਕੀ ਕੁਝ ਹੋ ਰਿਹਾ ਇਸ ਸੰਸਾਰ ਵਿੱਚ ਕਿਉਂਕਿ ਮੰਗ ਹੈ ਇਸੇ ਕਾਰਨ ਸੁੰਦਰਤਾ ਦੇ ਇਤਨੇ ਸਾਧਨ ਵਧ ਰਹੇ ਨੇ ਤਾਂ ਰਾਵਣ ਬੜਾ ਸੋਹਣਾ ਸੀ रावण ਵਿੱਚ ਸੱਨੇ ਗੁਣ ਅਤ ਸੁੰਦਰ ਕੁਲੀਨ ਬ੍ਰਹਮਣ ਕੁੱਲ ਦਾ ਵੀ ਸੀ ਉਹ ਚਤੁਰ ਕਿਤਨਾ ਸਿਆਣਾ ਸੀ ਚਤੁਰ ਬੁੱਧੀਮਾਨ ਕਿਤਨਾ ਸੀ ਸਮੇ ਦੇ અવਤਾਰ ਰਾਜਾ ਰਾਮ ਦੀ ਪਤਨੀ ਨੂੰ ਚੁਰਾ ਕੇ ਲੈ ਕੇ ਜਾਣਾ ਕੋਈ ਛੋਟੀ ਖੇਡ ਨਹੀਂ ਸੀ ਬੁੱਧੀਮਤਾ ਤੋਂ ਬਿਨਾ ਨਹੀਂ ਸੀ ਹੋ ਸਕਦਾ ਉਹ ਆਪਣੀ ਬੁੱਧੀਮਾਨੀ ਦੇ ਨਾਲ ਉਸ ਨੂੰ ਲੈ ਗਿਆ ਚੁਰਾ ਕੇ ਚਤੁਰ ਵੀ ਸੀ ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਚਾਰ ਵੇਦਾਂ ਦਾ ਗਿਆਤਾ ਸਾਨੂੰ ਇੱਕ ਬਾਣੀ ਦੀ ਵੀ ਸੋਝੀ ਨਹੀਂ ਉਹ ਚਾਰ ਵੇਦਾਂ ਦਾ ਗਿਆਤਾ ਜਾਣ ਕਰ ਸੀ ਕਿੜੇ-ਕੜੇ ਗੁਣ ਹੋ ਗਏ ਸੋਹਣਾ ਸੀ ਕੁਲੀਨ ਸੀ ਬ੍ਰਹਮਣ ਕੁੱਲ ਦਾ ਸੀ ਆਪ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਚਾਰ ਵੇਦਾਂ ਦਾ ਗਿਆਤਾ ਸੀ ਮਹਾਰਾਜ ਕਹਿੰਦੇ ਕੋਈ ਗਿਆਨੀ ਵੀ ਹੋਵੇ ਮੁਖ ਤੋਂ ਕੋ ਗਿਆਨ ਦੀਆਂ ਗੱਲਾਂ ਵੀ ਕਰਦਾ ਹੋਵੇ ਇਹ ਸਾਰੇ ਗੁਣ ਅਗਰ ਕਿਸੇ ਦੇ ਅੰਦਰ ਹੋਣ ਧਨਵੰਤ ਪੈਸਾ ਵੀ ਖੂਬ ਹੋਵੇ ਅਗਰ ਕਿਸੇ ਦੇ ਕੋਲ रावण जितना कौन धनवंत सी सोने की लंका सारे गुण सन उस दे जो मारे है जो महाराज ने जिक्र किया है साढ़े को बंदे को इतना कुछ नहीं हूँ लेकिन रावण को सारा कुछ सी जो लेकिन मारे ने कहा मृतक कही है नानका जे प्रीत नहीं भगवंत उसू मुरदा ही आखो अगर परमात्मा प्रीति नहीं बिरले जागती है प्रीति ये जागी सी बीद जी को ਬਾਬਾ ਫਰੀਦ ਜੀ ਦੇ ਪਿੱਛੇ ਉਹਨਾਂ ਦੀ ਮਾਂ ਮਾਤਾ ਮਰੀਮ ਉਹਨਾਂ ਦਾ ਬੜਾ ਵੱਡਾ ਹੱਥ ਸੀ ਬਾਬਾ ਫਰੀਦ ਜੀ ਜੋ ਸਨ ਇਹ ਅਫਗਾਨਿਸਤਾਨ ਦੇ ਬਾਦਸ਼ਾਹ ਦੇ ਖਾਨਦਾਨ ਵਿੱਚੋਂ ਸਨ ਤੇ ਗਜਨੀ ਨੇ ਅਟੈਕ ਕਰ ਦਿੱਤਾ ਇਹਨਾਂ ਦੇ ਰਾਜ ਦੇ ਉੱਤੇ ਫਿਰ ਇਹਨਾਂ ਦੇ ਜੋ ਬਜ਼ੁਰਗ ਸਨ ਪੜਦਾਦੇ ਵਗੈਰਾ ਉਹ ਜੰਗ ਦੇ ਮੈਦਾਨ ਵਿੱਚ ਜੁਦਦੇ ਜੂਜੇ ਨੇ ਸ਼ਹੀਦੀਆਂ ਪਾਈਆਂ ਨੇ ਇਹਨਾਂ ਦੇ ਦਾਦਾ ਜੀ ਇਹਨਾਂ ਨੂੰ ਲੈ ਕੇ ਪਾਕਿਸਤਾਨ ਦੇ ਵਿੱਚ ਆ ਗਏ। ਤਾਂ ਮੁਲਤਾਨ ਦੇ ਵਿੱਚ ਬੜਾ ਪਾਕਿਸਤਾਨ ਦਾ ਮੰਨਿਆ ਪਰ ਮੰਨਿਆ ਸ਼ਹਿਰ ਮੁਲਤਾਨ ਦੇ ਵਿੱਚ ਆ ਗਏ। ਮੁਲਤਾਨ ਦੇ ਰਾਜੇ ਨੂੰ ਜਦੋਂ ਪਤਾ ਚੱਲਿਆ ਕਿ ਇਹ ਤਾਂ ਸ਼ਾਹੀ ਖਾਨਦਾਨ ਦੇ ਨੇ ਔਰ ਇਹ ਡਰੇ ਵੀ ਨਹੀਂ ਜੰਗੇ ਮੈਦਾਨ ਵਿੱਚ ਡਟ ਕੇ ਮੁਕਾਬਲਾ ਕੀਤਾ ਇਹਨਾਂ ਦੇ ਪਰਦਾਦਿਆਂ ਨੇ ਸ਼ਹੀਦੀਆਂ ਪਾਈਆਂ ਨੇ ਤਾਂ ਉਸ ਨੇ ਵੀ ਇਸ ਪਰਿਵਾਰ ਦੇ ਬੜਾ ਫਿਰ ਸੋਚਿਆ ਕਿ ਸਾਰਾ ਕੁਝ ਉੱਜੜ ਗਿਆ ਇਹਨਾਂ ਦਾ। ਇੱਥੇ ਆਏ ਨੇ ਤਾਂ ਇਹਨਾਂ ਦਾ ਸ਼ਾਹੀ ठाट-ਬਾਟ ਬਣਿਆ ਹੀ ਰਹਿਣਾ ਚਾਹੀਦਾ ਹੈ। ਤੋਂ ਮੁਲਤਾਨ ਦੇ ਰਾਜੇ ਨੇ ਬਹੁਤ ਸਾਰੀ ਜ਼ਮੀਨ ਜੋ ਸੀ ਇਹਨਾਂ ਦੇ ਨਾਮ ਕਰ ਦਿੱਤੀ ਸੀ। ਤੋਂ ਜੋ માતા ਮਰੀਮ ਸੀ ਬਾਬਾ ਫਰੀਦ ਜੀ ਦੇ ਮਾਤਾ ਜੀ ਉਹ ਹਜ਼ਰਤ ਮੁਹੰਮਦ ਸਾਹਿਬ ਜੀ ਦੇ ਖਾਨਦਾਨ ਦੇ ਵਿੱਚੋਂ ਸਨ। ਤੋਂ ਭਜਨਬੰਦਗੀ ਵਾਲੀ ਔਰਤ ਪਤਾ ਸੀ ਜੀਵਨ ਕਿਉਂ ਮਿਲਿਆ ਹੈ। ਸੋਚੀ ਸੀ ਇਸ ਗੱਲ ਦੀ ਅਵੇਅਰਨੈਸ ਸੀ। ਉਹਨਾਂ ਨੇ ਫਿਰ ਕਿਹਾ ਕਿ ਦੇਖੋ ਉੱਜੜ ਗਿਆ ਸਾਡਾ ਸਾਰਾ ਕੁਝ ਮੁਲਤਾਨ ਵਿੱਚ ਆਏ ਹਾਂ ਫਿਰ ਵੀ ਖੁਦਾ ਨੇ ਸਾਡੇ ਉੱਤੇ ਇਤਨੀ ਰਹਿਮਤ ਕੀਤੀ ਸਾਡਾ ਰੋਜ਼ੀ ਰੋਟੀ ਦਾ ਸਾਰਾ ਪ੍ਰਬੰਧ ਕਰ ਦਿੱਤਾ ਫਿਰ ਆਪਣੇ ਪੁੱਤਰ ਨੂੰ ਸਮਝਾਇਆ ਮਾਤਾ ਮਰੀਮ ਨੇ ਵੀ ਪੁੱਤਰ ਬੰਦਗੀ ਕਰਿਆ ਕਰ ਨਾਮ ਜਪਿਆ ਕਰ ਖੁਦਾਏ ਦਾ ਨਾਮ ਜਪਿਆ ਕਰ ਤਾਂ ਬੱਚਾ ਛੋਟਾ ਹੈ ਬੱਚਾ ਪੁੱਛਦਾ ਹੈ ਕਿ ਮਾਂ ਅਗਰ ਖੁਦਾ ਦਾ ਨਾਮ ਲਵਾਗਾ ਕੀ ਮਿਲੇਗਾ ਫਿਰ ਤਾਂ ਮਾਂ ਨੇ ਕਿਹਾ ਖੁਦਾ ਸ਼ੱਕਰ ਦਿੰਦਾ ਹੈ ਉਸ ਵਕਤ ਮਿੱਠਾ ਹੋਈ ਸੀ ਜਿਵੇਂ ਹੁਣ ਉਸ ਬੱਚੇ ਨੂੰ ਕਹਦੇ ਜੀ ਚਾਕਲੇਟ ਜਾਂ ਆਈਸਕ੍ਰੀਮ ਜੋ ਬੱਚਾ ਲਾਈਕ ਕਰਦਾ ਹੋਵੇ ਤਾਂ ਉਸ ਵਕਤ ਇੱਕ ਮਿੱਠਾ ਸ਼ੱਕਰ ਹੁੰਦੀ ਸੀ ਗੁੜ ਸ਼ੱਕਰ ਤਾਂ ਮਾਤਾ ਮਰੀਮ ਨੇ ਕਿਹਾ ਖੁਦਾ ਸ਼ੱਕਰ ਦਿੰਦਾ ਹੈ ਤਾਂ ਬੱਚਾ ਬੜਾ ਖੁਸ਼ ਹੁਣ ਰੋਜ਼ ਮਾਂ ਜੋ ਹੈ ਆਪਣੇ ਬੱਚੇ ਨੂੰ ਬਿਠਾ ਦਿੰਦੀ ਹੈ ਅਸਨ ਲਗਾ ਕੇ ਮਸੱਲਾ ਵਿਛਾ ਕੇ ਔਰ ਸਿਖਾਉਂਦੀ ਹੈ ਕਿ ਕਿਵੇਂ ਬੰਦਗੀ ਕਰਨੀ ਹੈ ਜਿਵੇਂ ਅਸੀਂ ਬੱਚਿਆਂ ਨੂੰ ਮੂਲ ਮੰਤਰ ਸਿਖਾ ਦਈਏ ਵਾਹਿਗੁਰੂ ਗੁਰ ਮੰਤਰ ਬਾਣੀਆਂ ਸਿਖਾ ਦਈਏ ਇਵੇਂ ਹੀ ਤੋਂ ਮਾਤਾ ਮਰੀਮ ਨੇ ਬਾਬਾ ਫਰੀਜ ਨੂੰ ਰੋਜ਼ ਆਸਣ ਲਗਾ ਕੇ ਬਿਠਾ ਦੇਣਾ ਖੁਦਾ ਦੀ ਬੰਦਗੀ ਕਰਨ ਦੇ ਲਈ ਔਰ ਬਾਬਾ ਜੀ ਨੇ ਅੱਖਾਂ ਬੰਦ ਕਰਕੇ ਉਹ ਜਪਣਾ ਬੰਦਗੀ ਜਿਵੇਂ ਵੀ ਆਪਣੇ ਧਰਮ ਅਨੁਸਾਰ ਕਰਦੇ ਸਨ ਤਾਂ ਮਾਤਾ ਮਰੀਮ ਨੇ ਕੀ ਕਰਨਾ ਸ਼ੱਕਰ ਜੋ ਹੈ ਉਹ ਲਪੇਟ ਕੇ ਪੂੜੀ ਬਣਾ ਕੇ ਉਸ ਮਸੱਲੇ ਦੇ niche ਰੱਖ ਦੇਣੀ ਉਹ ਆਸਣ ਜੂ ਲਗਾਇਆ ਹੁੰਦਾ ਸੀ ਉਸ ਦੇ niche ਤਾਂ ਜਦੋਂ ਬੰਦਗੀ ਕਰਕੇ ਹਟਣਾ ਤਾਂ ਮਾਤਾ ਮਰੀਮ ਨੇ ਕਹਿਣਾ ਦੇਖ ਪੁੱਤ ਖੁਦਾ ਸ਼ੱਕਰ ਰੱਖ ਕੇ ਗਿਆ ਹੈ ਕਿ ਨਹੀਂ ਤਾਂ ਬੱਚੇ ਨੇ ਉਠਾਣਾ ਹੋ ਆਪਣਾ ਆਸਣ ਉਸ ਦੇ ਨੀਚੇ ਪੂੜੀ ਦੇ ਵਿੱਚ ਚੱਕਰ ਲਪੇਟੀ ਹੋਣੀ ਤਾਂ ਬੜਾ ਖੁਸ਼ ਹੋਣਾ ਬਾਬਾ ਫਰੀਦੀ ਨੇ ਵੀ ਮੈਂ ਨਾਮ ਜਪਦਾ ਹਾਂ ਖੁਦਾ ਦਾ ਔਰ ਖੁਦਾ ਮੈਨੂੰ ਚੱਕਰ ਦਿੰਦਾ ਹੈ ਇਹ ਸਿਲਸਿਲਾ ਚੱਲਦਾ ਰਿਹਾ ਬਾਬਾ ਫਰੀਦੀ ਬੜੇ ਖੁਸ਼ ਨੇ ਇੱਕ ਦਿਨ ਮਾਤਾ ਮਰੀਮ ਬਾਹਰ ਗਏ ਹੋਏ ਸੀ ਕੁਝ ਸਮੇਂ ਦੇ ਲਈ ਰਸਤੇ ਵਿੱਚ ਕੁਝ ਲੇਡੀਆਂ ਮਿਲ ਗਈਆਂ ਉਹਨਾਂ ਨਾਲ ਗੱਲਾਂ ਕਰਨ ਲੱਗ ਗਏ ਥੋੜਾ ਟਾਈਮ ਵੱਧ ਲੱਗ ਗਿਆ ਇੱਕਦਮ ਜਦੋਂ ਵਾਪਸ ਆਣ ਲੱਗੇ ਘਰ ਨੂੰ ਧਿਆਨ ਵਿੱਚ ਆਇਆ ਵੀ ਮੇਰਾ ਪੁੱਤਰ ਤਾਂ ਬੰਦਗੀ ਘਰ ਵਟਿਆ ਹੋਵੇਗਾ ਔਰ ਅੱਜ ਮੈਂ ਸ਼ੱਕਰ ਨਹੀਂ ਰੱਖੀ ਅੱਜ ਸ਼ੱਕਰ ਨਹੀਂ ਮਿਲੇਗੀ ਮੇਰੇ ਪੁੱਤਰ ਦਾ ਵਿਸ਼ਵਾਸ ਟੁੱਟ ਜਾਏਗਾ ਮਾਤਾ ਮਰੀਮ ਭੱਜੀ ਆਈ ਜਦੋਂ ਆਪਣੇ ਘਰ ਦੇ ਅੰਦਰ ਵੜੀ ਐਂਟਰ ਕੀਤੀ ਤਾਂ ਉਹ ਹੈਰਾਨ ਹੈ ਕਿ ਉਸ ਦਾ ਪੁੱਤਰ ਸ਼ੱਕਰ ਖਾ ਰਿਹਾ ਹੈ ਉਹਨੇ ਪੁੱਛਿਆ ਪੁੱਤਰ ਸ਼ੱਕਰ ਕਿੱਥੋਂ ਆਈ ਤਾਂ ਪੁੱਤਰ ਨੇ ਕਿਹਾ ਰੋਜ਼ ਖੁਦਾ ਦਿੰਦਾ ਹੈ ਅੱਜ ਵੀ ਮੈਂ ਉਸ ਦਾ ਨਾਮ ਜਪਿਆ ਖੁਦਾ ਨੇ ਮੈਨੂੰ ਸ਼ੱਕਰ ਦਿੱਤੀ ਹੈ ਤਾਂ ਅੱਜ ਮਾਤਾ ਮਰੀਮ ਨੇ ਜਾਣ ਲਿਆ ਉਸ ਖੁਦਾ ਨੇ ਮੇਰਾ ਪਰੋਸਾ ਵੀ ਰਖ ਲਿਆ ਔਰ ਇਹ ਵੀ ਦੇਖ ਲਿਆ ਹੁਣ ਵਕਤ ਆ ਗਿਆ ਹੈ ਆਪਣੇ ਪੁੱਤਰ ਨੂੰ ਦੱਸਾਂ ਕਿ ਸ਼ੱਕਰ ਲੈਣ ਦੇ ਲਈ ਖੁਦਾ ਨੂੰ ਨਹੀਂ ਜਪਣਾ ਉਸ ਦਾ ਨਾਮ ਖੁਦਾ ਨੂੰ ਮਿਲਣ ਦੇ ਲਈ ਹੀ ਉਸ ਦਾ ਨਾਮ ਜਪਣਾ ਹੈ ਫਿਰ ਮਾਤਾ ਮਰੀਮ ਨੇ ਆਪਣੇ ਪੁੱਤਰ ਬਾਬਾ ਫਰੀਦ ਜੀ ਨੂੰ ਸਮਝਾਇਆ ਪੁੱਤਰ ਇਹ ਸ਼ੱਕਰ ਲੈਣ ਲਈ ਜਾਂ ਚੀਜ਼ਾਂ ਲੈਣ ਲਈ ਨਹੀਂ ਖੁਦਾ ਦਾ ਨਾਮ ਜਪਣਾ ਸਾਨੂੰ ਜੀਵਨ ਹੀ ਇਸ ਕਾਰਨ ਮਿਲਿਆ ਹੈ ਕਿ ਸੇ ਖੁਦਾ ਨੂੰ ਮਿਲਣਾ ਹੈ ਤਾਂ ਫਿਰ ਮਾਤਾ ਮਰਗਮ ਨੇ ਆਪਣੇ ਪੁੱਤਰ ਨੂੰ ਕਿਹਾ ਜਾ ਜਿਵੇਂ ਮਰਜ਼ੀ ਖੁਦਾ ਨੂੰ ਪਾਓ ਤੂੰ ਅੰਦਰ ਇਹੋ ਜੀ ਲਗਨ ਲਗਾਈ ਇਹੋ ਜੀ ਲਗਨ ਲਗਾਈ ਤੋੜ ਦਿੰਦੀ ਸੀ ਜਾ ਕਿਸੇ ਨੇ ਪੀਰ ਫਕੀਰ ਦੱਸਣਾ ਕਿ ਜਾ ਉਸ ਪੀਰ ਦੇ ਕੋਲ ਸ਼ਾਇਦ ਉਹ ਤੈਨੂੰ ਖੁਦਾ ਦੇ ਨਾਲ ਮਿਲਾ ਦੇ ਕਿੰਨਿਆਂ ਦੀ ਬਾਬਾ ਫਰੀਦ ਜੀ ਨੇ ਮੁਰਿੱਦੀ ਕੀਤੀ ਹੈ ਕਹਿੰਦੇ ਨੇ 12 ਸਾਲ ਬਾਬਾ ਫਰੀਦ ਜੀ ਖੁਦਾ ਨੂੰ ਮਿਲਣ ਦੇ ਲਈ ਜੰਗਲਾਂ ਦੇ ਵਿੱਚ ਭਟਕੇ ਨੇ 12 ਸਾਲ ਖੁਦਾ ਮਿਲਿਆ ਨਹੀਂ ਲekin ਨਾਮ ਜਪਦੇ ਆ ਬੰਦਗੀ ਕਰਦੇ ਆ ਅੰਦਰ ਤੜਤ ਤਾਂ ਖੁਦਾ ਦੀ ਹੈ ਪਿਆਸ ਤਾਂ ਉਸੇ ਦੀ ਹੈ ਤੋਂ ਬੰਦਗੀ ਕਰਦੇ ਆ ਕਰਦੇ ਆ ਔਰ ਇਹ ਇਹ ਵੀ ਦੱਸ ਰਹੇ ਨੇ ਕਿ ਇਤਿਹਾਸ ਕਰਕੇ ਖੂਹ ਦੇ ਵਿੱਚ ਵੀ ਲਟਕੇ ਨੇ ਕਈ ਤਾਂ 12 ਸਾਲ ਹੀ ਲਿਖ ਦਿੰਦੇ ਨੇ ਹੁਣ ਆਪਣਾ ਆਪਣਾ ਅਲੱਗ-ਅਲੱਗ ਮਾਥਾ ਹੈ ਲੇਕਿਨ ਖੂਹ ਦੇ ਵਿੱਚ ਵੀ ਬਾਬਾ ਜੀ ਲਟਕੇ ਨੇ ਕਿਸੇ ਨੇ ਦੱਸਿਆ ਅਗਰ ਉਲਟੇ ਖੂਹ ਦੇ ਵਿੱਚ ਲਟਕ ਜਾਓ ਪ੍ਰਾਣ ਦਸਮ ਦਵਾਰ ਦੇ ਵਿੱਚ ਆ ਜਾਂਦੇ ਨੇ ਇਵੇਂ ਖੁਦਾ ਮਿਲਦਾ ਹੈ ਤੋਂ ਉਸਦੇ ਪ੍ਰੇਮ ਦੇ ਲਈ ਉਲਟੇ ਖੂਬ ਵਿੱਚ ਵੀ ਲਟਕੇ ਨੇ ਲੇਕਿਨ ਖੁਦਾ ਨਹੀਂ ਮਿਲਿਆ ਹੁਣ ਜੰਗਲ ਦੇ ਵਿੱਚ ਜਦੋਂ ਰਹਿ ਰਹੇ ਨੇ ਕਿਤਨੇ ਸਾਲਾਂ ਤੋਂ ਤੇ ਜੰਗਲ ਦੇ ਵਿੱਚ ਖਾਣ ਪੀਣ ਨੂੰ ਕਿਤੇ ਕੀ ਮਿਲਦਾ ਹੈ ਤੋਂ ਥੋੜਾ ਬਹੁਤ ਫਲ ਫਰੂਟ ਖਾ ਲਿਆ ਬਾਕੀ ਹੋਰ ਕੁਝ ਨਹੀਂ ਮਿਲਦਾ ਸਰੀਰ ਸੁੱਕ ਚੁੱਕਾ ਹੈ ਕਿਹੋ ਜਿਹਾ ਸਰੀਰ ਹੋ ਚੁੱਕਾ ਹੈ ਤਨ ਸੁੱਕਾ ਪਿੰਜਰ ਥਿਆ ਤਲੀਆਂ ਕੁੰਡੇ ਕਾਗ ਅਜੇ ਸੋ ਰੱਬ ਨਾ ਬੋਹੜਿਓ ਦੇਖ ਬੰਦੇ ਕੇ ਪਾਗ ਇਹੋ ਜਿਹਾ ਹਾਲ ਹੋ ਚੁੱਕਾ ਹੈ ਖੁਦਾ ਨਹੀਂ ਮਿਲਿਆ ਲੇਕਿਨ ਇੱਕ ਦਿਨ ਬਾਬਾ ਫਰੀਦ ਜੀ ਜੰਗਲ ਦੇ ਵਿੱਚ ਅੰਮ੍ਰਿਤ ਵੇਲੇ ਵਿੱਚ ਆਪਣੀ ਬੰਦਗੀ ਕਰਨ ਲੱਗੇ ਤੋ ਜਿਵੇਂ ਪੰਛੀਆਂ ਦਾ ਸੁਭਾਅ ਹੈ ਉੱਚੀ ਚਿੰਚੀ ਚਿੰਚੀ ਕਰਨ ਲੱਗ ਜਾਂਦੇ ਨੇ ਤੜਕੇ ਅੰਮ੍ਰਿਤ ਵੇਲੇ ਵਿੱਚ ਤੋ ਪੰਛੀ ਚਿੰਚੀ ਕਰਨ ਲੱਗੇ ਚਿੜੀਆਂ ਚੂੰ 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 ਚੋ ਬਾਬਾ ਜੀ ਨੂੰ ਲੱਗਿਆ ਕਿ ਮੇਰੀ ਬੰਦਗੀ ਦੇ ਵਿੱਚ ਡਿਸਟਰਬੈਂਸ ਹੋਵੇਗੀ ਇਹਨਾਂ ਦੀ ਆਵਾਜ਼ ਤੇ ਸਹਿਸ ਵਾਇ ਕਹਿ ਦਿੱਤਾ ਮਰ ਜਾ ਚਿੜੀਓ ਚਿੜੀਆਂ ਸ਼ਾਂਤ ਹੋ ਗਈਆਂ ਬਾਬਾ ਜੀ ਅੱਖਾਂ ਬੰਦ ਕਰਕੇ ਆਪਣਾ ਧਿਆਨ ਦੇ ਵਿੱਚ ਬੰਦਗੀ ਦੇ ਵਿੱਚ ਜੁੜ ਗਏ کافی ਸਮੇਂ ਬਾਅਦ ਜਦੋਂ ਅੱਖਾਂ ਖੋਲੀਆਂ ਤਾਂ ਕੀ ਦੇਖਦੇ ਨੇ ਉਹ ਦਰਖਤ ਤੋਂ نیچے ਚਿੜੀਆਂ ਗਿਰੀਆਂ ਹੋਈਆਂ ਨੇ ਮਰੀਆਂ ਪਈਆਂ ਨੇ ਇੱਕਦਮ ਮਨ ਦੇ ਵਿੱਚ ਧਿਆਨ ਆਇਆ ਵੀ ਉਹ ਮੈਂ ਹੀ ਕਿਹਾ ਸੀ ਚਿੜੀਓ ਮਰਜੋ ਸ਼ਾਇਦ ਇਸ ਕਾਰਨ ਤਾਂ ਨਹੀਂ ਮਰ ਗਈਆਂ ਨਾਲ ਲੱਗਦਾ ਫਿਰ ਕਹਿੰਦੇ ਨੇ ਚਿੜੀਓ ਉੜਜੋ ਚਿੜੀਆਂ ਫੁਰਨ ਕਰਕੇ ਉੜ ਗਈਆਂ ਉਹ ਪਤਾ ਚੱਲ ਗਿਆ ਬਾਣੀ ਵਿੱਚ ਇਤਨੀ ਤਾਕਤ ਆ ਚੁੱਕੀ ਹੈ ਲੇਕਿਨ ਖੁਦਾ ਨਹੀਂ ਮਿਲਿਆ ਇਹ ਰਿੱਧੀਆਂ ਸਿੱਧੀਆਂ ਸ਼ਕਤੀਆਂ ਇਹ ਆ ਗਈਆਂ ਸਨ ਖੁਦਾ ਨਹੀਂ ਸੀ ਮਿਲਿਆ ਜਿਸ ਅਨੰਦ ਦੀ ਜਿਸ ਸੱਚ ਦੀ ਤਲਾਸ਼ ਸੀ ਉਹ ਨਹੀਂ ਮਿਲਿਆ ਬੜਾ ਪਛਤਾ ਰਹੇ ਨੇ ਫਰੀਦਾ ਤੋਂ ਇੰਨਾ ਕੁਝ ਕਰ ਰਿਹਾ ਹੈ ਕਦੀ ਪੁੱਠਾ ਲਟਕ ਰਿਹਾ ਹੈ ਜੰਗਲ ਵਿੱਚ ਭਟਕ ਰਿਹਾ ਹੈ ਖੁਦਾ ਦੀ ਤਲਾਸ਼ ਦੇ ਲਈ ਤੇਰਾ ਸ਼ਰੀਰ ਦਾ ਕੀ ਹਾਲ ਹੋ ਗਿਆ ਹੈ ਫਰੀਦਾ ਤਨ ਸੁੱਕਾ ਵਿੰਜਰਤੀਆ ਕਲੀਆਂ ਕੁੰਡੇ ਕਾਗ ਅਜੋ ਸਰਬ ਨ ਬੋੜਿਓ ਦੇਖ ਬੰਦੇ ਦੇ ਭਾਗ ਬੰਦੇ ਦੇ ਭਾਗ ਤਾਂ ਦੇਖੋ ਹਾਲੇ ਤੱਕ ਕਹਿੰਦੇ ਰੱਬ ਬੋੜਿਆ ਹੀ ਨਹੀਂ ਤਨ ਨੇ ਬਾਬਾ ਫਰੀਦ ਜੀ ਜਿਨ੍ਹਾਂ ਦੇ ਮਨ ਦੇ ਵਿੱਚ ਇਹ ਖਿਆਲ ਤਾਂ ਆਇਆ ਕਿ ਹਾਲੇ ਰੱਬ ਬੋੜਿਆ ਹੀ ਨਹੀਂ ਸਾਡੇ ਕਦੇ ਆਂਦਾ ਹੀ ਨਹੀਂ ਮਨ ਦੇ ਵਿੱਚ ਕਦੀ ਵੀ ਨਹੀਂ ਆਂਦਾ ਅਜੇ ਉਸ ਰੱਬ ਨਾਲ ਪਹੜਿਓ ਦੇਖ ਬੰਦੇ ਕੇ ਪਾਗ ਕਦੀ ਨਹੀਂ ਆਂਦਾ ਪਤਾ ਨਹੀਂ ਅਗਲਾ ਸਵਾਸ ਆਵੇ ਕੀ ਨਾ ਆਵੇ ਇਹ ਰਹਿੰਦੇ ਸਵਾਸਾਂ ਵਿੱਚ ਸਾਨੂੰ ਵੀ ਪਰਮਾਤਮਾ ਦੇ ਦਰਸ਼ਨ ਹੋ ਜਾ ਆਂਦਾ ਹੀ ਨਹੀਂ ਇਹ ਖਿਆਲ ਸੰਗਤ ਵਿੱਚ ਆ ਕੇ ਵੀ ਮੰਗਾ ਦੁਨੀਆਂ ਭਰ ਦੀਆਂ ਸੀ ਲੈ ਲੈ ਕੇ ਬੱਠੇ ਰਹਿ ਜਾਂਦੇ ਹਾਂ ਤੋਂ ਤਨ ਪਾਗ ਬਾਬਾ ਜੀ ਦੇ ਜਿਨ੍ਹਾਂ ਦੇ ਮਨ ਵਿੱਚ ਖਿਆਲ ਆਇਆ ਐ ਫਰੀਦਾ ਤੇਰਾ ਸਰੀਰ ਸੁੱਕ ਗਿਆ ਪਿੰਜਰੇ ਵਰਗਾ ਐ ਸੁੱਕਿਆ ਪਿਆ ਔਰ ਅਜੇ ਤੱਕ ਤੈਨੂੰ ਰੱਬ ਨਹੀਂ ਮਿਲਿਆ ਤੇਰੇ ਭਾਗ ਤਾਂ ਦੇਖ ਕਹਿੋ ਜene ਤਲੀਆਂ ਕੁੰਡੇ ਕਾਗ ਕਾਗ ਜਿਹੜੇ ਨੇ ਤੇਰਾ ਮਾਸ ਨੋਚ ਰਹੇ ਨੇ ਫਿਰ ਕਹਿੰਦੇ ਨੇ ਕਾਮ ਨੂੰ ਨੋਚ ਲਾ ਮੇਰਾ ਮਾਸ ਨੋਚ ਲਾ ਜਿੰਨਾ ਮਰਜੀ ਇੱਥੇ ਵਿਕਾਰ ਰੂਪੀ ਕਾਹ ਕਹੇ ਨੇ ਉਹ ਸਿੰਬੋਲਿਕ ਕਹਿੰਦੇ ਨੋਚ ਲਾ ਮੇਰਾ ਮਾਸ ਕਾਗਾ ਰੰਗ ਢੋਲਿਆ ਸਗਲਾ ਖਾਇਆ ਮਾਸ ਇਹ ਦੋਨਾਂ ਨਾ ਮਤਝੋ ਫਿਰ ਦੇਖਣ ਕੀ ਆਸ ਕਹਿੰਦੇ ਸਭ ਕੁਝ ਮੇਰਾ ਚੁੰਡ ਲਓ ਕਰ ਲੋ ਜੋ ਮਰਜ਼ੀ ਕਰੀ ਜਾਓ ਲੇਕਿਨ ਮੇਰੇ ਇਹ ਦੋ ਨੈਣਾ ਦੋ ਅੱਖੀਆਂ ਨੂੰ ਨਾ ਛੋਇਓ ਕਿਉਂ ਇਹਨਾਂ ਅੱਖੀਆਂ ਦੇ ਨਾਲ ਮੈਨੂੰ ਪਿਆਰੇ ਪ੍ਰੀਤਮ ਪਾਰ ਬ੍ਰਹਮ ਦੇ ਮਿਲਣ ਦੀ ਉਸ ਖੁਦਾ ਦੇ ਮਿਲਣ ਦੀ ਇਸ ਦੇ ਨਾਲ ਆਸ ਹੈ ਕਿ ਇਹਨਾਂ ਅੱਖੀਆਂ ਦੇ ਨਾਲ ਮੈਂ ਉਸ ਦੇ ਦਰਸ਼ਨ ਕਰਾਂਗਾ ਬਸ ਮੇਰੀਆਂ ਅੱਖੀਆਂ ਨੂੰ ਨਾ ਛੋਇਓ ਬਾਕੀ ਹੋਰ ਜੋ ਮਰਜ਼ੀ ਕਰ ਲਓ ਕਹਿੰਦੇ ਨੇ ਸੱਚੀ ਲਗਨ ਹੋਵੇ ਸੱਚੀ ਤੜਫ ਹੋਵੇ ਸੱਚੀ ਪਿਆਸ ਹੋਵੇ ਹੋਈ ਨਹੀਂ ਸਕਦਾ ਪਰਮਾਤਮਾ ਪ੍ਰਵੰਦ ਨਾ ਕਰੇ ਉਹ ਕਟ-ਕਟ ਕੇ ਅੰਤਰ ਕੀ ਜਨਤ ਜਿਸ ਨੂੰ ਮਿਲਣਾ ਚਾਹੁੰਦੇ ਨੇ ਫਿਰ ਕਹਿੰਦੇ ਨੇ ਜੰਗਲਾਂ ਦੇ ਵਿੱਚ ਕੋਈ ਸਾਧੂ ਮਿਲੇ ਬਾਬਾ ਜੀ ਨੂੰ ਉਹਨਾਂ ਨੇ ਕਿਹਾ ਫਰੀਦਾ ਤੂੰ ਕਹਿੰਦਾ ਹੈ ਇਹ ਦੋ ਇਹਨਾਂ ਮਤ ਚੋ ਫਿਰ ਦੇਖਣ ਕੀ ਆਸ ਓਏ ਫਰੀਦਾ ਓਇਨਾਂ ਅੱਖੀਆਂ ਦੇ ਨਾਲ ਥੋੜੀ ਦਿਸਦਾ ਹੈ ਜਿਸ ਪਿਆਰੇ ਨੂੰ ਤੂੰ ਮਿਲਣਾ ਚਾਹੁੰਦਾ ਹੈ ਓਇਨਾਂ ਅੱਖੀਆਂ ਦੇ ਨਾਲ ਨਹੀਂ ਦਿਸਦਾ ਉਸ ਦੇ ਦਰਸ਼ੇ ਇਹਨਾਂ ਅੱਖੀਆਂ ਦੇ ਨਾਲ ਨਹੀਂ ਹੁੰਦੇ ਬਾਬਾ ਜੀ ਕਹਿੰਦੇ ਇਨ ਅੱਖੀਆਂ ਦੇ ਨਾਲ ਨਹੀਂ ਦਰਸ਼ਨ ਹੁੰਦੇ ਉਹਨਾਂ ਨੇ ਕਿਹਾ ਨਹੀਂ ਭਾਈ ਇਨ ਅੱਖੀਆਂ ਨਾਲ ਦਰਸ਼ਨ ਨਹੀਂ ਹੁੰਦੇ ਫਿਰ ਉਹ ਕਿਹੜੀਆਂ ਅੱਖੀਆਂ ਨੇ ਉਹਨਾਂ ਨੇ ਕਿਹਾ ਉਹ ਅੱਖੀਆਂ ਤਾਂ ਪ੍ਰੇਮ ਦੀਆਂ ਅੱਖੀਆਂ ਨੇ ਉਹ ਭਾਵਨਾ ਦੀਆਂ ਅੱਖੀਆਂ ਨੇ ਉਹ ਹਿਰਦੇ ਦੀਆਂ ਅੱਖੀਆਂ ਨੇ ਉਹ ਮਨ ਦੀਆਂ ਅੱਖੀਆਂ ਨੇ ਨਾਨਕ ਸੇ ਅਖੜੀਆਂ ਬਿਨ ਜਿਨ੍ਹਾਂ ਦਸਣਦੋ ਮਾਂਪਰੀ ਉਹ ਤਾਂ ਅੱਖੀਆਂ ਹੀ ਹੋਰ ਨੇ ਬਾਬਾ ਜੀ ਨੇ ਕਿਹਾ ਉਹ ਅੱਖੀਆਂ ਹੋਰ ਨੇ ਫਿਰ ਮੈਨੂੰ ਕੌਣ ਦੱਸੇਗਾ ਉਹ ਮੇਰੀਆਂ ਅੱਖੀਆਂ ਉਹਨਾਂ ਸਾਧੂਆਂ ਨੇ ਕਿਹਾ ਸੱਚਾ ਗੁਰੂ ਹੀ ਉਹ ਅੱਖੀਆਂ ਜੜੀਆਂ ਨੇ ਉਹ ਜਗਾ ਕੇ ਰੱਖਦਾ ਹੈ ਹੋਰ ਕੋਈ ਨਹੀਂ ਦੱਸ ਸਕਦਾ ਸੱਚੇ ਗੁਰੂ ਦੇ ਪਾਸ ਜਾ ਉਹ ਤਰ੍ਹਾਂ ਖੁਦਾਏ ਦੇ ਨਾਲ ਮੇਲ ਕਰਾਏਗਾ ਸੱਚਾ ਗੁਰੂ ਕੀ ਕਰਦਾ ਹੈ ਨਾਨਕ ਇਹ ਨੇਤਰ ਅੰਧ ਸੇ ਸਤਗੁਰ ਮਿਲੇ ਦੇਵ ਦ੍ਰਿਸ਼ਟ ਹੋਈ ਸਤਗੁਰ ਖੋਲ ਕੇ ਰੱਖ ਦਿੰਦਾ ਹੈ ਸਾਰੇ ਪਰਦੇ ਲਾ ਕੇ ਰੱਖ ਦਿੰਦਾ ਹੈ ਸੱਚਾ ਗੁਰੂ ਭਗਤੀ ਬੜੀ ਕੀਤੀ ਬਾਬਾ ਫਰੀਦ ਨੇ ਹਾਲੇ ਤੱਕ ਸੱਚਾ ਗੁਰੂ ਨਹੀਂ ਸੀ ਮਿਲਿਆ ਖੁਦਾਈ ਨਹੀਂ ਮਿਲਿਆ ਉਹ ਆਨੰਦ ਉਹ ਸੱਚ ਉਹ ਅੰਮ੍ਰਿਤ ਦੇ ਛਰਨੇ ਅੰਦਰੋਂ ਨਹੀਂ ਸਾਨੂੰ ਫੁੱਟੇ ਫਿਰ ਸਾਧੂਆਂ ਨੂੰ ਪੁੱਛਿਆ ਬਾਬਾ ਜੀ ਨੇ ਸੱਚਾ ਗੁਰੂ ਅਗਰ ਮੇਰੀਆਂ ਅੱਖੀਆਂ ਜਾਗਰਤ ਕਰੇਗਾ ਫਿਰ ਸੱਚਾ ਗੁਰੂ ਹੈ ਕਿੱਥੇ ਕਿੱਥੇ ਮਿਲੇਗਾ ਉਹਨਾਂ ਸਾਧੂਆਂ ਨੇ ਕਿਹਾ ਜਾ ਅਜਮੇਰ ਵਿੱਚ ਚੱਲ ਜਾ ਕਾਕਾ ਵਖਤਾਰ ਨਾਮ ਦਾ ਗੁਰੂ ਉਹ ਆਪ ਸੱਚ ਹੈ ਸੱਚ ਦਾ ਹੀ ਰੂਪ ਹੈ ਉਸ ਦੀ ਸ਼ਰਨ ਵਿੱਚ ਚਲਾ ਜਾ ਉਹ ਤੇਰਾ ਸੱਚ ਦੇ ਨਾਲ ਮੇਲ ਕਰਵਾ ਦੇਵੇਗਾ ਬਾਬਾ ਜੀ ਬੜੇ ਖੁਸ਼ ਹਾਲੇ ਸ્વાસ ਚੱਲ ਰਹੇ ਨੇ ਹਾਲੇ ਖੁਦਾ ਨੇ ਜੀਵਨ ਦਿੱਤਾ ਹੋਇਆ ਹੈ ਚਲੋ ਰਹਿੰਦੇ ਜੀਵਨ ਦੇ ਵਿੱਚ ਸੱਚੇ ਗੁਰੂ ਦੀ ਕਿਸੇ ਨੇ ਦੱਸ ਪਾਈ ਹੈ ਚੱਲਾਂ ਗੁਰੂ ਦੀ ਸ਼ਰਨ ਦੇ ਵਿੱਚ ਸੱਚੇ ਗੁਰੂ ਦੀ ਸ਼ਰਨ ਵਿੱਚ ਕਾਕਾ ਵਕਤਾਰ ਨਾਮ ਦੇ ਗੁਰੂ ਦੇ ਪਾਸ ਪਹੁੰਚੇ ਨੇ ਜਦੋਂ ਪਹੁੰਚੇ ਨੇ ਗੁਰੂ ਦੀਆਂ ਆਪਣੀਆਂ ਮੱਜਾਂ ਹੁੰਦੀਆਂ ਨੇ ਉਹ ਛੋਟੇ ਛੋਟੇ ਬੱਚਿਆਂ ਦੇ ਨਾਲ ਬਾਲ ਖੇਡ ਰਹੇ ਨੇ ਕਦੀ ਨੀਚੇ ਠੱਪਾ ਪਾ ਰਹੇ ਨੇ ਕਦੀ ਉੱਪਰ ਨੂੰ ਉਛਾਲ ਰਹੇ ਨੇ ਬੱਚਿਆਂ ਨਾਲ ਖੇਡ ਰਹੇ ਨੇ ਆਪਣੀ ਮਸਤੀ ਵਿੱਚ ਬਾਬਾ ਫਰੀਦ ਜੀ ਪਹੁੰਚੇ ਮੰਨ ਦੇ ਵਿੱਚ ਖਿਆਲ ਆ ਕਿ ਦੱਸ ਦੇਣਾ ਚਾਹੀਦਾ ਹੈ ਕੋਈ ਸ਼ਕਤੀ ਆਈ ਹੈ ਭਾਈ ਮੈਂ ਵੀ ਇੰਨੇ ਸਾਲਾਂ ਦੀ ਬੰਦਗੀ ਕੀਤੀ ਹੈ ਰਿੱਧੀਆਂ ਸਿੱਧੀਆਂ ਸ਼ਕਤੀਆਂ ਨੇ ਮੇਰੇ پاس ਦੱਸਣਾ ਚਾਹੀਦਾ ਹੈ ਕੋਈ ਸ਼ਕਤੀ ਆਈ ਹੈ ਤੋਂ ਉਹ ਗੁਰੂ ਨੇ ਜਦੋਂ ਬਾਲ ਹਵਾ ਵਿੱਚ ਉਛਾਲੀ ਬਾਬਾ ਫਰੀਦ ਜੀ ਨੇ ਆਪਣੀ ਦ੍ਰਿਸ਼ਟੀ ਪਾਈ ਬਾਲ ਹਵਾ ਦੇ ਵਿੱਚ ਹੀ ਰਹਿ ਗਈ ਲਟਕਦੀ ਨੀਚੇ ਨਹੀਂ ਆਈ ਗੁਰੂ ਨੇ ਪਲਟ ਕੇ ਪਿੱਛੇ ਦੇਖਿਆ ਕਾਕਾ ਵਕਤੈਰ ਨਾਮ ਦੇ ਮੁਰਸ਼ਿਦ ਨੇ ਫਿਰ ਦੇਖਿਆ ਬੋਲ ਬਲ ਨੂੰ ਔਰ ਮੁਰਸ਼ਿਦ ਨੇ ਬੋਲ ਨੂੰ نیچے ਕਰ ਦਿੱਤਾ ਬੱਚਿਆਂ ਨੂੰ ਕਿਹਾ ਜਾਓ ਤੁਸੀਂ ਖੇਡੋ ਬੱਚਿਆਂ ਨੂੰ ਖੇਡਣ ਲਾਤਾ ਪੁੱਛਿਆ ਹਾਂ ਬਈ ਕਾਕਾ ਕੀ ਕਰਨਾ ਆਇਆ ਹੈ ਬਾਬਾ ਫਰੀਦ ਜੀ ਕਹਿੰਦੇ ਜੀ ਤੁਹਾਨੂੰ ਗੁਰੂ ਧਾਰਨ ਕਰਨ ਆਇਆ ਹੈ ਉਹ ਕਹਿੰਦੇ ਗੁਰੂ ਧਾਰਨ ਕਰਨ ਆਇਆ ਹੈ ਕਿ ਗੁਰੂ ਬਣਨ ਆਇਆ ਹੈ ਜਾ ਚਲਾ ਜਾ ਤੇਰੇ ਲਈ ਇੱਥੇ ਕੋਈ ਜਗ੍ਹਾ ਨਹੀਂ ਬੜਾ ਪਛਤਾਵਾ ਹੋਇਆ ਬਾਬਾ ਫਰੀਦ ਜੀ ਨੂੰ ਸਾਰਾ ਜੀਵਨ ਤੂੰ ਟਟਕਦਾ ਰਹਾ ਕਿਸੇ ਨੇ ਸੱਚੇ ਗੁਰੂ ਬਾਰੇ ਤੈਨੂੰ ਦੱਸਿਆ ਔਰ ਸੱਚੇ ਗੁਰੂ ਆ ਕੇ ਸੱਚੇ ਗੁਰੂ ਦੇ ਪਾਸ ਆ ਕੇ ਤੂੰ ਆਪਣੀਆਂ ਸ਼ਕਤੀਆਂ ਦਾ ਦਿਖਾਵਾ ਕਰ ਰਿਹਾ ਗੁਰੂ ਨੇ ਰੱਖਿਆ ਨਹੀਂ ਐਡਮਿਸ਼ਨ ਦਿੱਤੀ ਨਹੀਂ ਭੇਜ ਦਿੱਤਾ ਬਾਬਾ ਜੀ ਚਲੇ ਗਏ ਲੇਕਿਨ ਮਨ ਵਿੱਚ ਬੜਾ ਪਛਤਾਵਾ ਹੈ ਅਗਲੀ ਵਾਰ ਫੇਰ ਗਏ ਨੇ ਹੁਣ ਕਹਿੰਦੇ ਕਿ ਹੁਣ ਕੋਈ ਦਿਖਾਵਾ ਨਹੀਂ ਕਰਨਾ ਕਿ ਤੈਨੂੰ ਤਲਾਸ਼ ਤਾਂ ਸੱਚੇ ਖੁਦਾ ਦੀ ਹੈ ਫਿਰ ਆਏ ਨੇ ਗੁਰੂ ਦੀ ਫਿਰ ਆਪਣੀ ਮੋਜ ਸਿਖਰ ਦੁਪਹਿਰਾ ਉਸ ਦਰਖਤ ਦੇ نیچے ਬੈਠੇ ਨੇ ਅੱਧੇ ਲੇਟੇ ਹੋਏ ਨੇ ਅੱਧੇ ਬੈਠੇ ਹੋਏ ਨੇ ਅੱਖਾਂ ਬੰਦ ਜਿਸ ਦਰਖਤ ਦੇ نیچے ਨੇ ਉਸ ਦਰਖਤ ਨੂੰ ਇੱਕ ਵੀ ਪੱਤਾ ਨਹੀਂ ਤਾਂ ਬਾਬਾ ਜੀ ਨੇ ਜਦੋਂ ਦੇਖਿਆ ਮਨ ਵਿੱਚ ਖਿਆਲ ਆਇਆ ਇਹ ਕਾਕਾ ਵਖਤਿਆਰ ਨਾਮ ਦਾ ਜੋ ਮਰਸ਼ਦ ਨੇ ਹੋ ਸਕਦਾ ਅੰਮ੍ਰਿਤ ਵੇਲੇ ਵਿੱਚ ਹੀ ਆ ਕੇ ਬੈਠ ਗਏ ਹੋਣ ਬੰਦਗੀ ਦੇ ਲਈ ਔਰ ਇਹਨਾਂ ਨੂੰ ਨਹੀਂ ਪਤਾ ਚੱਲਿਆ ਕਿ ਬਾਹਰ ਤੋਂ ਪਾ ਚੁੱਕੀ ਹੈ ਆਪਣੀ ਸੁਰਤੀ ਵਿੱਚ ਅੰਤਰਾਤਮੇ ਲੀਨ ਨੇ ਨਹੀਂ ਪਤਾ ਚੱਲਿਆ ਹੋਣਾ ਕਿ ਤੋਂ ਪਾ ਗਈ ਹੈ ਔਰ ਜਿਸ ਦਰਖਤ ਦੇ نیچے ਨੇ ਉਸ ਨੂੰ ਇੱਕ ਵੀ ਪੱਤਾ ਨਹੀਂ ਤੋਂ ਮੇਰਾ ਕੰਮ ਬਣਦਾ ਹੈ ਮੈਂ ਸ਼ੰਕ ਕਰ ਦਵਾ ਦਰਖਤਵਲ ਨੂੰ ਆਪਣੀ ਦ੍ਰਿਸ਼ਟੀ ਪਾਈ ਦਰਖਤ ਨੂੰ ਹਰਿਆ ਭਰਿਆ ਕਰਕੇ ਰੱਖ ਦਿੱਤਾ ਮੁਰਸ਼ਦ ਨੇ ਅੱਖਾਂ ਖੋਲੀਆਂ ਫਿਰ ਦੇਖਿਆ ਪਲਟ ਕੇ ਇਹ ਆ ਗਿਆ ਉਹੀ ਰਿੱਧੀਆਂ ਸਿੱਧੀਆਂ ਦਾ ਦਿਖਾਵਾ ਕਰਨ ਵਾਲਾ ਮੁਰਸ਼ਦ ਨੇ ਵਾਪਸ ਦਰਖਤਵਲ ਨੂੰ ਦੇਖਿਆ ਦਰਾਕਤ ਉਸੇ ਤਰ੍ਹਾਂ ਰੋਂਡਮ ਰੋਂਡ ਕਰਕੇ ਰੱਖ ਦਿੱਤਾ ਜਿਸ ਨੂੰ ਇੱਕ ਵੀ ਪੱਤਾ ਨਹੀਂ ਫਿਰ ਪੁੱਛਿਆ ਹਾਂ ਬਈ ਕੀ ਕਰਨਾ ਹੈ ਕਹਿੰਦਾ ਜੀ ਤੁਹਾਨੂੰ ਗੁਰੂ ਧਰਨ ਕਰਨਾ ਆ ਬਾਬਾ ਜੀ ਨੇ ਕਿਹਾ ਉਹਨਾਂ ਨੇ ਕਿਹਾ ਕਾਕਾ ਗੁਰੂ ਧਰਨ ਇਵੇਂ ਨਹੀਂ ਕੀਤਾ ਜਾਂਦਾ ਗੁਰੂ ਧਰਨ ਦੇ ਲਈ ਤਾਂ ਜੋਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਤਲ ਤਲੀ ਗਲੀ ਮੇਰੀ ਆਓ ਤੂੰ ਤਾਂ ਇਤਨੀ ਵੱਡੀ ਹੋਮੇ ਦੀ ਪੰਡ ਲੈ ਕੇ ਆਇਆ ਹੈ ਇੱਥੇ ਤਾਂ ਸਿਰ ਦੇਣਾ ਪੈਂਦਾ ਹੈ ਤਾਂ ਜਾ ਕੇ ਜੋ ਹੈ ਐਡਮਿਸ਼ਨ ਮਿਲਦੀ ਆ ਜਾਂ ਚਲਿਆ ਜਾ ਤੇਰੇ ਲਈ ਕੋਈ ਜਗਾ ਨਹੀਂ ਫਿਰ ਵਾਪਸ ਮੋੜ ਦਿੱਤਾ ਗਿਆ ਹੁਣ ਬੜਾ ਪਛਤਾ ਰੇ ਨੇ ਬਾਬਾ ਜੀ ਉਹ ਫਰੀਦਾ ਤੈਨੂੰ ਤਾਂ ਪਤਾ ਹੈ ਇਹ ਰਿੱਧੀਆਂ ਸਿੱਧੀਆਂ ਸਾਰੇ ਦੂਸਰੇ ਸੁਆਦ ਨੇ ਤੈਨੂੰ ਤਾਂ ਸੱਚੇ ਖੁਦਾ ਦੀ ਤਲਾਸ਼ ਹੈ ਰਿੱਧ ਸਿੱਧ ਅਵਰਾ ਸਾਧ ਤੂੰ ਕਿਉਂ ਆਪਣੇ ਦਿਖਾਵੇ ਕਰਦਾ ਹੈ ਤੀਸਰੀ ਵਾਰ ਗਏ ਫਰੀਦਾ ਤੇਰੇ پاس ਕੁਝ ਨਹੀਂ ਕੁਝ ਨਹੀਂ ਤੇਰੇ پاس ਕੱਖ ਨਹੀਂ ਤੇਰੇ پاس ਇਹਨਾਂ ਚੀਜ਼ਾਂ ਵਿੱਚ ਨਾ ਫਸ ਤੈਨੂੰ ਜਿਸ ਖੁਦਾ ਦੀ ਤਲਾਸ਼ ਹੈ ਜਾਂ ਮੁਰਸ਼ਿਦ ਦੇ ਦਵਾਰੇ ਨੀਵਾ ਹੋ ਕੇ ਜਾ ਹੁਣ ਜਦੋਂ ਗਏ ਨੇ ਫਰੀਦਾ ਮੈਂ ਕੱਖ ਵੀ ਨਹੀਂ ਮੈਂ ਕੱਖ ਵੀ ਨਹੀਂ ਹੁਣ ਜਦੋਂ ਗਏ ਨਾ ਮੇਰਾ ਜਿਵੇਂ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਹੁਣ ਜਦੋਂ ਇਸ ਭਾਵਨਾ ਦੇ ਨਾਲ ਗਏ ਨੇ ਹੁਣ ਕੋਈ ਪਰਚਾ ਵੀ ਨਹੀਂ ਪਿਆ ਹੁਣ ਕਿਹਾ ਗੁਰੂ ਨੇ ਕਿਹਾ ਕਾਕਾ ਵਕਤਾਰ ਨਾਮ ਦੇ ਗੁਰੂ ਨੇ ਕਾਕਾ ਆਜਾ ਐਡਮਿਸ਼ਨ ਮਿਲ ਗਈ ਬਾਬਾ ਜੀ ਬੜੇ ਖੁਸ਼ ਸ਼ੁਕਰ ਹੈ ਇਹ ਸੱਚੇ ਗੁਰੂ ਨੇ ਮੈਨੂੰ ਆਪਣੇ ਪਾਸ ਆਪਣੇ ਚਰਨਾਂ ਵਿੱਚ ਜਗ੍ਹਾ ਦੇ ਦਿੱਤੀ ਹੈ ਐਡਮਿਸ਼ਨ ਤਾਂ ਮਿਲ ਗਈ ਇਤਿਹਾਸਕਾਰ ਲਿਖਦੇ ਨੇ ਇਹ ਕਾਕਾ ਬਖਤਰ ਨਾਮ ਦਾ ਮੁਰਸ਼ਿਦ ਇਤਨਾ ਡਾਡਾ ਹੈ 14 ਬਰੇ ਬਾਬਾ ਫਰੀਦ ਜੀ ਨੇ ਮੁਰਿੱਦੀ ਕੀਤੀ ਹੈ ਇਸ ਮੁਰਸ਼ਿਦ ਦੀ ਇਤਨਾ ਡਾਡਾ 14 ਬਰੇ ਬਾਬਾ ਫਰੀਦ ਜੀ ਨੂੰ ਬੁਲਾਇਆ ਹੀ ਨਹੀਂ ਬੁਲਾਇਆ ਹੀ ਨਹੀਂ ਹੋਰ ਜਿੰਨੇ ਸੇਵਕ ਨੇ ਉਹਨਾਂ ਨੂੰ ਬੁਲਾ ਰਹੇ ਨੇ ਗੱਲਬਾਤ ਕਰ ਰਹੇ ਨੇ ਔਰ ਸੇਵਾ ਵੀ ਬਾਬਾ ਜੀ ਨੂੰ ਪ੍ਰਮੁੱਖ ਮਿਲੀ ਹੋਈ ਹੈ ਮੁਰਸ਼ਦ ਨੂੰ ਰੋਜ਼ ਇਸ਼ਨਾਨ ਕਰਵਾਉਣ ਦੀ ਸੇਵਾ ਹੈ ਰਹਿੰਦੇ ਨੇ ਨੇੜੇ-ਨੇੜੇ ਲੇਕਿਨ ਮੁਰਸ਼ਦ ਨੇ ਕਦੀ ਬੁਲਾਇਆ ਹੀ ਨਹੀਂ ਪਲਟ ਕੇ ਲੇਕਿਨ ਬਾਬਾ ਫਰੀਦ ਜੀ ਦਾ ਦੇਖੋ ਸਿੱਧ ਕਾ ਉਹ ਕਹਿੰਦੇ ਨੇ ਫਿਰ ਕੀ ਹੋਇਆ ਜੇ ਮੁਰਸ਼ਦ ਨਹੀਂ ਬੁਲਾ ਰਿਹਾ ਕਿ ਇਤਨਾ ਘਟ ਹੈ ਆਪਣੇ ਦੁਆਰੇ ਦੇ ਉੱਤੇ ਮੈਨੂੰ ਰੱਖਿਆ ਹੋਇਆ ਹੈ ਕਿ ਇਤਨਾ ਘਟ ਹੈ ਮੈਂ ਇਸ ਮੁਰਸ਼ਿਦੇ ਦੇ ਦਰਸ਼ਨ ਕਰ ਰਿਹਾ ਹਾਂ ਦਿਨ ਰਾਤ ਕਿ ਇਤਨਾ ਘਟ ਹੈ ਇਸਨੇ ਆਪਣੀ ਚੌਕਟ ਦੇ ਉੱਤੇ ਮੈਨੂੰ ਸੇਵਾ ਦੇ ਲਈ ਰੱਖਿਆ ਹੋਇਆ ਹੈ ਕਰ ਰਹੇ ਨੇ ਬੜੀ ਲਗਨ ਦੇ ਨਾਲ ਬੜੀ ਪ੍ਰੇਮ ਦੇ ਨਾਲ ਸੇਵਾ ਕਰ ਰਹੇ ਨੇ ਬੜੇ ਖੁਸ਼ ਨੇ ਸੇਵਾ ਕਰ ਕਰਕੇ ਅੰਦਰੋਂ ਬੇਸ਼ੱਕ ਮਨ ਦੇ ਵਿੱਚ ਇਹ ਤਾਂ ਹੈ ਜਿਵੇਂ ਵਾਕਿਆ ਨੂੰ ਵਾਜਾਂ ਪੈ ਰਹੀਆਂ ਨੇ ਕਦੀ ਮੇਰਾ ਨਾਮ ਲੈ ਕੇ ਵੀ ਮੇਰਾ ਮੁਰਸ਼ਿਦ ਮੈਨੂੰ ਬੁਲਾਏਗਾ ਨਹੀਂ ਵੀ ਬੁਲਾ ਰਿਹਾ ਫਿਰ ਵੀ ਸਬਰ ਵਿੱਚ ਨੇ ਕੋਈ ਗੱਲ ਨਹੀਂ ਇਦਾਂ ਧਰਨੀ ਛੱਡਣਾ ਇਹ ਮੈਨੂੰ ਖੁਦਾ ਦੇ ਨਾਲ ਮਿਲਾ ਕੇ ਰਹੇਗਾ ਹੁਣ ਤਾਂ ਪ੍ਰੇਮ ਹੀ ਹੋ ਗਿਆ ਉਸ ਮੁਰਸ਼ਿਦ ਦੇ ਨਾਲ ਇਤਨਾ ਬਸ ਉਸ ਨੂੰ ਦੇਖ ਦੇ ਕੇ ਜੀ ਰਹੇ ਨੇ ਦਿਨ ਰਾਤ ਆਪਣੀ ਸੇਵਾ ਵਿੱਚ 14 ਵਰੇ ਹੋ ਗਏ ਨੇ ਬਾਬਾ ਜੀ ਨੂੰ ਸੇਵਾ ਕਰਦਿਆਂ ਕਰਦਿਆਂ ਹੁਣ ਤਾਂ ਜਿਵੇਂ ਅੰਦਰ ਮੁਰਸ਼ਿਦ ਹੀ ਬਸ ਉਸੇ ਦੇ ਹੀ ਦਰਸ਼ਨ ਹੋ ਰਹੇ ਨੇ ਇਹੋ ਜੀ ਅਵਸਥਾ ਹੋ ਚੁੱਕੀ ਹੈ 14 ਵਰਿਆਂ ਬਾਅਦ ਕਾਕਾ ਵਖਤਾਰ ਨਾਮ ਦੇ ਮੁਰਸ਼ਿਦ ਨੇ ਇੱਕ ਹੋਰ ਪਰਚਾ ਪਾ ਦਿੱਤਾ ਸਰਦੀਆਂ ਦਾ ਮੌਸਮ ਬਾਬਾ ਜੀ ਦੀ ਸੇਵਾ ਹੈ ਮੁਰਸ਼ਦ ਨੂੰ ਇਸ਼ਨਾਨ ਕਰਵਾਣਾ ਗਰਮੀਆਂ ਵਿੱਚ ਸਾਦੇ ਜਲ ਦੇ ਨਾਲ ਕਰਵਾਉਂਦੇ ਨੇ ਸਰਦੀਆਂ ਦੇ ਵਿੱਚ ਗਰਮ ਜਲ ਕਰਕੇ ਇਸ਼ਨਾਨ ਕਰਵਾਉਂਦੇ ਨੇ ਹੁਣ ਸਰਦੀਆਂ ਦਾ ਮੌਸਮ ਔਰ ਕਹਿਰ ਦੀ ਬਾਰਿਸ਼ ਰਾਤ ਦਾ ਸਮਾਂ ਹੈ ਬਾਰਿਸ਼ ਇਤਨੀ ਹੋ ਰਹੀ ਹੈ ਕਿ ਦਵਾਰਾਂ ਚੋ-ਚੋ ਕੇ ਸਾਰਾ ਜਿਹੜਾ ਹੈ ਸਭ ਕੁਝ ਭਿੱਜ ਚੁੱਕਾ ਹੈ ਔਰ ਬਾਬਾ ਜੀ ਰੋਜ਼ ਰਾਤ ਨੂੰ ਚੁੱਲ੍ਹੇ ਦੇ ਵਿੱਚ ਅੱਗ ਰੱਖ ਲਿਆ ਕਰਦੇ ਸਨ ਸਵੇਰ ਨੂੰ ਉੱਥੋਂ ਜਲਾ ਕੇ ਅੱਗ ਪਾਣੀ ਗਰਮ ਕਰਦੇ ਸਨ ਬਾਬਾ ਜੀ ਨੇ ਦੇਖਿਆ ਕਿ بارش ਇਤਨੀ ਹੈ ਕੋਠਿਆ ਕੰਧਾਂ ਸਭ ਕੁਝ ਚੋ ਚੁੱਕਾ ਹੈ ਜਾ ਕੇ ਚੁੱਲਾ ਚੈੱਕ ਕੀਤਾ ਚੁੱਲਾ ਪਾਣੀ ਦੇ ਨਾਲ ਭਰਿਆ ਹੋਇਆ ਉਸ ਵਿੱਚ ਅੱਗ ਨਹੀਂ ਹੁਣ ਸੋਚ ਰਹੇ ਨੇ ਕਿ ਥੋੜੇ ਸਮੇਂ ਬਾਅਦ ਅੰਮ੍ਰਿਤ ਵੇਲਾ ਹੋ ਜਾਵੇਗਾ ਔਰ ਮਰਸ਼ਦ ਲਈ ਗਰਮ ਪਾਣੀ ਮੈਂ ਰੱਖਣਾ ਹੈ ਗਰਮ ਕਰਕੇ ਤਾਂ ਅੱਗ ਨਹੀਂ ਤਾਂ ਗਰਮ ਪਾਣੀ ਮੈਂ ਕਿਵੇਂ ਕਰਾਂਗਾ ਅਗਰ ਗਰਮ ਪਾਣੀ ਨਹੀਂ ਕਰਕੇ ਦੇ ਰਿਹਾ ਮੇਰੀ ਸੇਵਾ ਦੂਰੀ ਹੈ ਅਗਰ ਠੰਡੇ ਜਲ ਦੇ ਨਾਲ ਇਸ਼ਨਾਨ ਕਰਵਾਵਾਂਗਾ ਕਹਿਰ ਦੀ ਸਰਦੀ ਹੈ ਤੋ ਮੇਰੀ ਸੇਵਾ ਅਧੂਰੀ ਹੈ ਲੇਕਿਨ ਅਗਨ ਹੀ ਮੇਰੇ ਪਾਸ ਮੈਂ ਕਿਵੇਂ ਇਸ਼ਨਾਨ ਕਰਵਾਵਾਂਗਾ ਗਰਮ ਜਲ ਦੇ ਨਾਲ ਸੋਚ ਰਹੇ ਨੇ ਕਿ ਗਰਮ ਜਲ ਦੇ ਨਾਲ ਹੀ ਇਸ਼ਨਾਨ ਕਰਵਾਣਾ ਹੈ ਕਰਾਂਗੀ ਫਿਰ ਸੋਚਦੇ ਨੇ ਇੱਥੇ ਅਗਨ ਨਹੀਂ ਤਾਂ ਬਾਹਰ ਕਿਤੇ ਅਗਨ ਹੋਵੇਗੀ ਕਿਸੇ ਦੇ ਘਰੋਂ ਕਿਸੇ ਦੇ ਦਵਾਰੋਂ ਮੰਗ ਕੇ ਲੈ ਕੇ ਆਵਾਂ ਲੇਕਿਨ ਸੇਵਾ ਅਧੂਰੀ ਨਹੀਂ ਰਹਿਣੀ ਚਾਹੀਦੀ ਸੋ ਬਾਬਾ ਫਰੀਦ ਜੀ ਦੇਖ ਰਹੇ ਨੇ ਵੀ ਬਾਹਰ ਜਾਵਾਂ ਤਾਂ ਬਾਹਰ ਮੌਸਮ ਬੜਾ ਖਰਾਬ ਹੈ بارش ہو رہی ہے سردی ਦਾ ਮੌਸਮ ਹੈ ਕਹਿੰਦੇ ਨੇ ਅਗਰ ਮੈਂ ਬਾਹਰ ਜਾਂਦਾ ਹਾਂ ਤਾਂ ਮੇਰੇ ਕੰਬਲੀ ਭਿੱਜਦੀ ਹੈ ਅਗਰ ਮੈਂ ਨਹੀਂ ਜਾਂਦਾ ਮੇਰੀ ਸਿਵਾ ਧੂਰੀ ਰਹਿ ਜਾਂਦੀ ਹੈ ਫਿਰ ফাইনਲੀ ਫੈਸਲਾ ਕਰ ਲਿਆ ਜੋ ਮਰਜ਼ੀ ਹੋ ਜਵੇ ਫਰੀਦਾ ਗਲੀਆਂ ਚਿੱਕੜ ਦੂਰ ਕਰ ਨਾਲ ਪਿਆਰੇ ਨੇਹੋ ਚੱਲਣਾ ਤਾਂ ਭਿੱਜੇ ਕੰਬਲੀ ਰਹਾ ਤਾਂ ਟੁੱਟੇ ਨੇਹੋ ਅਗਰ ਮੈਂ ਚਲਦਾ ਹਾਂ ਤਾਂ ਮੇਰੀ ਕੰਬਲੀ ਭਿੱਜਦੀ ਹੈ ਅਗਰ ਰੁਕਦਾ ਹਾਂ ਤਾਂ ਮੇਰੀ ਸੇਵਾ ਅਧੂਰੀ ਰਹਿ ਜਾਂਦੀ ਹੈ ਫਿਰ ਫੈਸਲਾ ਲੈ ਲਿਆ ਭਿੱਜੋ ਸਿੱਜੋ ਕੰਬਲੀ ਅੱਲਾ ਵਰਸੇ ਮੇ ਹੋ ਜਾਓ ਮਿਲਾ ਤੈਨਾਂ ਸੱਜਣਾ ਟੁੱਟੇ ਨਾਹੀ ਨੇਹੋ ਕਹਿੰਦੇ ਕੰਬਲੀ ਭਿੱਜਵੇ ਕੋਈ ਗੱਲ ਨਹੀਂ ਚਿੱਕੜ ਹੈ ਰਸਤੇ ਵਿੱਚ ਕੋਈ ਗੱਲ ਨਹੀਂ ਲੇਕਿਨ ਮੈਂ ਜਾਵਾਂਗਾ ਮੇਰੀ ਸੇਵਾ ਅਧੂਰੀ ਨਹੀਂ ਰਹਿਣੀ ਚਾਹੀਦੀ ਇੱਥੋਂ ਹੁਣ ਇਹ ਵੀ ਸਿੰਬੋਲਿਕ ਗੱਲਾਂ ਨੇ ਸਾਡੇ ਰਸਤੇ ਦੇ ਵਿੱਚ ਵੀ ਬੜੀਆਂ ਰੁਕਾਵਟਾਂ ਆਂਦੀਆਂ ਨੇ ਗੱਲੀਏ ਚੱਕੜ ਦੂਰ ਘਰ ਬੜੇ ਚੱਕੜ ਆਉਂਦੇ ਨੇ ਰਾਤ ਨੂੰ ਬੜਾ ਸੋਚ ਕੇ ਸੌਂਈਦਾ ਹਾਂ ਸਵੇਰੇ ਅੰਮ੍ਰਿਤ ਵੇਲੇ ਵਿੱਚ ਉੱਠਾਂਗੇ ਫਿਰ ਆਲਸ ਨਾਮ ਦਾ ਚੱਕੜ ਆ ਜਾਂਦਾ ਹੈ ਕਹਿੰਦਾ ਸੁੱਤਾ ਰਹਿ ਉਹ ਚੱਕੜ ਘੇਰ ਲੈਂਦਾ ਹੈ ਬਾਹਰ ਪਾਰਟੀਆਂ ਵਿੱਚ 11 12 1 ਵਜ ਜਾਣਗੇ ਆ ਇੰਟਰਨੈਟ ਤੇ ਬੈਠਦੇ ਆਂ ਹੋਰ ਕੁਝ ਕਰਦੇ ਆਂ ਸਾਰੀ ਰਾਤ ਵੀ ਬਿਤਾ ਦਵਾਂਗੇ ਇਹ ਸਭ ਚੱਕੜ ਸਾਨੂੰ ਘੇਰ ਕੇ ਰੱਖਦੇ ਨੇ ਅੰਮ੍ਰਿਤ ਵੇਲੇ ਦਾ ਕੋਈ ਲੈਣਾ ਦੇਣਾ ਹੀ ਨਹੀਂ ਸਾਨੂੰ ਇਹ ਸਭ ਚੱਕੜ ਸਾਨੂੰ ਘਿਰਦੇ ਨੇ ਹੋਰ ਗੱਲਾਂ मीनिंगलेस ਜਿੰਨੀਆਂ ਮਰਜ਼ੀ ਕਰ ਲਈਏ ਇਹ ਸਾਰੇ ਚੱਕੜ ਨੇ ਸਾਡੇ ਰਸਤੇ ਵਿੱਚ ਸਾਡਾ ਆਤਮਾ ਦਾ ਪਰਮਾਤਮਾ ਦੇ ਨਾਲ ਮਿਲਨ ਹੋਣ ਦੇ ਲਈ ਸਾਰੀਆਂ ਰੁਕਾਵਟਾਂ ਜਿਹੜੇ ਚੱਕੜ ਨੇ ਲੇਕਿਨ ਬਾਬਾ ਜੀ ਨੇ ਸੋਚ ਲਿਆ ਇਹਨਾਂ ਚੱਕੜਾਂ ਦੀ ਕੋਈ ਪਰਵਾਹ ਨਹੀਂ ਮੇਰੀ ਸੇਵਾ ਅਧੂਰੀ ਨਹੀਂ ਰਹਿਣੀ ਚਾਹੀਦੀ ਉਹ ਚੱਲ ਪਏ ਇਸ ਮਾਰਗ ਦੇ ਉੱਤੇ ਅਸੀਂ ਵੀ ਅਗਰ ਫੈਸਲਾ ਕਰ ਲਈਏ ਕਿ ਇਹ ਜੀਵਨ ਜੋ ਸਾਨੂੰ ਮਿਲਿਆ ਹੈ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਜੋ ਅਸੀਂ ਹੁਣੇ ਬਾਣੀ ਵਿੱਚੋਂ ਸੁਣ ਕੇ ਹਟਿਆ ਤਾਂ ਗੋਬਿੰਦ ਜੀ ਨੂੰ ਮਿਲਣ ਦੇ ਲਈ ਫਿਰ ਸਮਾਰਕ ਤੇ ਚੱਲਣਾ ਹੀ ਚੱਲਣਾ ਹੈ ਆਪਣੇ ਆਪ ਇਹ ਚੱਕਰ ਦੂਰ ਹੋ ਜਾਣਗੇ ਬਾਬਾ ਜੀ ਚੱਲ ਪੈ ਮਾਰਿਸ਼ ਹੋ ਰਹੀ ਹੈ ਚੱਲ ਪੈ ਨੇ ਦੂ ਲਾਈਟ ਨਜ਼ਰ ਆ ਰਹੀ ਹੈ ਤਾਂ ਪੱਕੀ ਗੱਲ ਹੈ ਜਿੱਥੇ ਲਾਈਟ ਨਜ਼ਰ ਆ ਰਹੀ ਹੈ ਉਹਨਾਂ ਦੇ ਘਰ ਅੱਗ ਹੋਵੇਗੀ ਹੀ ਹੋਵੇਗੀ ਕਿਉਂਕਿ ਇਸ ਤਰ੍ਹਾਂ ਦੀਆਂ ਲਾਈਟਸ ਤਾਂ ਉਦੋਂ ਨਹੀਂ ਸੰ ਤੋ ਜਿੱਥੇ ਅੱਗ ਹੋਵੇਗੀ ਉੱਥੇ ਹੀ ਰੌਸ਼ਨੀ ਨਜ਼ਰ ਆ ਰਹੀ ਹੋਵੇਗੀ ਪਹੁੰਚ ਗਏ ਨੇ ਜਾ ਕੇ ਦਰਵਾਜ਼ਾ ਖੜਕਾ ਦਿੱਤਾ ਗਿਆ ਉਹ ਜਿਹੜਾ ਦਰਵਾਜ਼ਾ ਹੈ ਅੰਦਰੋਂ ਔਰਤ ਨਿਕਲੀ ਹੈ ਉਹ ਵਿਸਵਾਹ ਹੈ ਵਿਸਵਾਹ ਦਾ ਦਰ ਹੈ ਉਹ ਉਸ ਔਰਤ ਨੇ ਪੁੱਛਿਆ ਕਿਉਂ ਆਏ ਹੋ ਬਾਬਾ ਜੀ ਨੇ ਕਿਹਾ ਅੱਗ ਲੈਣ ਆਇਆ ਹਾਂ ਤਾਂ ਔਰਤ ਦਾ ਆਪਣਾ ਅੰਦਾਜ਼ ਜਿਸ ਤਰ੍ਹਾਂ ਦਾ ਉਸ ਦਾ ਸੁਭਾਅ ਜਿਸ ਤਰ੍ਹਾਂ ਦਾ ਉਸ ਦਾ ਕੰਮ ਉਸੇ ਤਰ੍ਹਾਂ ਦਾ ਹੀ ਅੰਦਾਜ਼ ਉਸ ਨੇ ਕਿਹਾ ਅੱਗ ਐਵੇਂ ਨਹੀਂ ਮਿਲਦੀ ਇੱਥੇ ਅਗ ਦੇ ਬਦਲੇ ਵਿੱਚ ਕੁਝ ਦੇਣਾ ਪੈਂਦਾ ਹੈ। ਬਾਬਾ ਜੀ ਨੇ ਕਿਹਾ ਮੈਂ ਆਪਣੇ ਮੁਰਸ਼ਦ ਦੀ ਖਾਤਰ ਆਇਆ ਹਾਂ। ਉਸ ਦੇ ਲਈ ਮੈਂ ਅਗ ਲੈਣ ਆਇਆ ਹਾਂ। ਤੁਸੀਂ ਜੋ ਕਹੋਗੇ ਮੈਂ ਤੁਹਾਨੂੰ ਦੇ ਦੇਵਾਂਗਾ। ਤੁਸੀਂ ਦੱਸੋ ਸਹੀ ਕੀ ਚਾਹੀਦਾ ਹੈ। ਉਹ ਔਰਤ ਗਿਉ ਸ਼ਰਾਰਤ ਕਰਦੀ ਹੈ। ਉਸ ਨੇ ਕਿਹਾ ਅਗ ਦੇ ਬਦਲੇ ਵਿੱਚ ਅੱਖ ਦੇਣੀ ਪਵੇਗੀ। ਔਰ ਬਾਬਾ ਜੀ ਨੇ ਸੱਚੀ ਮੁੱਚੀ ਆਪਣੀ ਅੱਖ ਦਾ ਡੇਲਾ ਕੱਢ ਕੇ ਉਸ ਔਰਤ ਨੂੰ ਦੇ ਦਿੱਤਾ। ਆਪ ਆਪਣੀ ਅੱਖ ਦੇ ਉੱਤੇ ਪਗੜੀ ਪਗੜੀਦਾਰ ਲੜ ਲਪੇਟ ਕੇ ਆ ਗਏ ਅੱਗ ਲੈ ਕੇ ਉਸ ਔਰਤ ਦੇ ਕੋਲੋਂ ਆ ਗਏ ਨੇ ਔਰ ਮਨ ਦੇ ਵਿੱਚ ਆਪਣੇ ਮੁਰਸ਼ਿਦ ਦਾ ਬੜਾ ਸ਼ੁਕਰਾਨਾ ਕਰਨ ਹੈ ਸ਼ੁਕਰ ਹੈ ਕਿੰਦੇ ਅੱਖ ਦੇ ਕੇ ਵੀ ਅਗਰ ਅੱਗ ਮਿਲ ਗਈ ਹੈ ਔਰ ਮੇਰੀ ਸੇਵਾ ਅਧੂਰੀ ਨਹੀਂ ਰਵੇਗੀ ਇਹ ਕਹਿੰਦੇ ਨੇ ਮੇਰੇ ਸਾਰੇ ਇਹ ਮੁਰਸ਼ਿਦ ਦਾ ਹੀ ਕਮਾਲ ਹੈ ਉਸ ਨੇ ਸਾਰੀ ਵਿਧੀ ਬਣਾਈ ਮਨ ਵਿੱਚ ਕੋਈ ਹੰਕਾਰ ਨਹੀਂ ਵੀ ਦੇਖੋ ਦੇਖੋ ਹੈ ਮੇਰੇ ਜਿਹਾ ਕੋਈ ਸੇਵਾਦਾਰ ਜਿਹੜਾ ਅੱਖ ਦੇ ਕੇ ਵੀ ਅੱਗ ਲੈ ਆਵੇ ਇਸ ਤਰ੍ਹਾਂ ਦਾ ਕੋਈ ਪਾਵ ਨਹੀਂ ਅੰਦਰ ਬਿਲਕੁਲ ਉਸ ਦੇ ਪ੍ਰੇਮ ਦੇ ਵਿੱਚ ਭਿੱਜੇ ਪਏ ਨੇ ਹੁਣ ਲਿਆ ਕੇ ਅਗਨੀ ਜਲਾਈ ਪਾਣੀ ਗਰਮ ਕੀਤਾ ਮੁਰਸ਼ਦ ਨੂੰ ਇਸ਼ਨਾਨ ਕਰਵਾਇਆ ਡਾਡਾ ਮੁਰਸ਼ਦ ਇਸ਼ਨਾਨ ਕਰ ਲਿਆ ਚਪ 50 14 ਬਾਰੇ ਹੋ ਗਏ ਨੇ ਹੱਲੇ ਵੀ ਬਾਬਾ ਜੀ ਨੂੰ ਨਹੀਂ ਬੁਲਾਇਆ ਕਿਉਂਕਿ ਮੁਰਸ਼ਦ ਜੋ ਹੈ ਉਹ ਪੜ ਰਿਹਾ ਹੈ ਅੰਦਰ ਕਿਤੇ ਸੁਖਮ ਰੂਪ ਦੇ ਵਿੱਚ ਮੈਂ ਪਾਵਤ ਨਹੀਂ ਲੇਕਿਨ ਜਦੋਂ ਦੇਖਿਆ ਇਹ ਤਾਂ ਸ਼ੁਕਰਾਨੇ ਵਿੱਚ ਝੁਕਿਆ ਪਿਆ ਹੈ ਇਹ ਤਾਂ ਸ਼ੁਕਰ ਸ਼ੁਕਰ ਕਰਦਾ ਹੈ ਕਿ ਮੇਰੇ ਮੁਰਸ਼ਿਦ ਨੇ ਆਪ ਹੀ ਸਾਰੀ ਵਿਦ ਬਣਾ ਕੇ ਆਪਣੀ ਸੇਵਾ ਵੀ ਆਪ ਹੀ ਪੂਰੀ ਕਰਾ ਲਈ ਹੁਣ ਇਸ਼ਨਾਨ ਕਰਨ ਤੋਂ ਬਾਅਦ ਅੱਜ 14 ਬਰੇ ਬੀਤ ਚੁੱਕੇ ਨੇ ਅੱਜ ਮੁਰਸ਼ਿਦ ਨੇ ਆਵਾਜ਼ ਮਾਰੀ ਕਾਕਾ ਫਰੀਦ ਇਸ ਆਵਾਜ਼ ਨੂੰ ਕੰਨ ਤਰਸ ਰਹੇ ਸਨ 14 ਸਾਲਾਂ ਤੋਂ ਬਾਬਾ ਜੀ ਦੇ ਪਹਿਲਾਂ ਤਾਂ ਯਕੀਨ ਹੀ ਨਹੀਂ ਆਇਆ ਕਿ ਮੇਰਾ ਨਾਮ ਲੈ ਕੇ ਬੁਲਾਇਆ ਗਿਆ ਹੈ ਉਹ ਜਦੋਂ ਅੰਦਰ ਆਵਾਜ਼ ਪਹੁੰਚੀ ਕੰਨਾਂ ਦੇ ਦੁਆਰੇ ਅੰਦਰ ਪਹੁੰਚੀ ਬਾਬਾ ਫ੍ਰੀਜ ਦੀ ਹਿਰਦੇ ਦੀ ਧੜਕਣ 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 ਜਿਹੜੀ ਹੈ ਉਹ ਨਾਦ ਗਾਣ ਲੱਗ ਗਈ ਕਿ ਇਹ ਮੈਨੂੰ ਆਵਾਜ਼ ਮਾਰੀ ਹੈ ਇਤਨੇ ਪ੍ਰੇਮ ਵਿੱਚ ਕੰਬਣਾ ਸ਼ੁਰੂ ਹੋ ਗਿਆ ਬਾਬਾ ਫ੍ਰੀਜ ਤੱਕ ਕੰਬਦਿਆਂ ਕੰਬਦਿਆਂ ਆਪਣੇ ਮੁਰਸ਼ਿਦ ਵੱਲ ਨੂੰ ਜਾ ਰਹੇ ਨੇ ਉਹਨਾਂ ਨੇ ਦੇਖਿਆ ਅੱਖ ਦੇ ਉੱਤੇ ਲੜ ਬੰਨੀ ਹੋਈ ਹੈ ਉਹਨਾਂ ਨੇ ਕਾਕਾ ਇਹ ਕੀ ਕੀਤਾ ਹੋਇਆ ਹੈ ਅੱਗੋਂ ਬਾਬਾ ਫ੍ਰੀਜ ਜੀ ਕਹਿੰਦੇ ਨੇ ਜੀ ਅੱਖ ਆਈ ਹੋਈ ਹੈ ਅੱਗੇ ਲੋਕ ਬੜੇ ਪੋਜ਼ਿਟਿਵ ਵਰਡਸ ਯੂਜ਼ ਕਰਦੇ ਸਨ 네ਗੇਟਿਵਿਟੀ ਨੂੰ ਨੇੜੇ ਵੀ ਨਹੀਂ ਸੰਉਣ ਦਿੰਦੇ ਕਿਸੇ ਦੀ ਅੱਖ ਦੁੱਖ ਦੀ ਹੋਵੇ ਕਹਿਣਾ ਅੱਖ ਆਈ ਹੋਈ ਹੈ ਆਪਣੇ ਬਿਜ਼ਨਸ ਕਾਰੋਬਾਰ ਕਹਿਣਾ ਦੁਕਾਨਾਂ ਵਧਾ ਕੇ ਆਏ ਹਾਂ ਇਹ ਕਲੋਜ਼ ਜਾਂ ਬੰਦ ਕਰਕੇ ਇਸ ਤਰ੍ਹਾਂ ਦੇ ਸ਼ਬਦ ਬਿਲਕੁਲ ਵੀ ਇਸਤੇਮਾਲ ਨਹੀਂ ਸੰ ਕਰਦੇ ਲੰਗਰ ਪ੍ਰਸ਼ਾਦਾ ਲਈ ਕੀ ਬੋਲਦੇ ਸਨ ਹਾਂ ਵੱਧ ਗਿਆ ਕਹਿਣਾ ਲੰਗਰ ਵੱਧ ਗਿਆ ਕੋ ਇਲੈਕਟਿਵ ਵਰਡ ਨਹੀਂ ਸੰ ਬੋਲਦੇ ਤੋਂ ਬਾਬਾ ਫਰੀਦ ਜੀ ਨੇ ਵੀ ਆਪਣੇ ਮੁਰਸ਼ਦ ਨੂੰ ਕਿਹਾ ਜੀ ਅੱਖ ਆਈ ਹੋਈ ਹੈ ਅੱਗੇ ਫਿਰ ਮੁਰਸ਼ਦ ਨੇ ਕਿਹਾ ਕਾਕਾ ਜੀ ਅੱਖ ਆਈ ਹੋਈ ਹੈ ਫਿਰ ਤਾਂ ਆਹੀ ਗਈ ਹੈ ਲੜੋ ਉਤਾਰ ਫਿਰ ਲੜਕੀਆਂ ਬੰਨਿਆ ਹੋਇਆ ਹੈ ਬਾਬਾ ਜੀ ਨੇ ਲੜੋ ਉਤਾਰਿਆ ਸੱਚੀ ਮੁੱਚੀ ਉਥੇ ਨਵੀਂ ਅੱਖ ਆਈ ਹੋਈ ਸੀ ਇਤਿਹਾਸਕਾਰ ਲਿਖਦੇ ਨੇ ਲੇਕਿਨ ਉਹ ਅੱਖ ਥੋੜੀ ਜੀ ਛੋਟੀ ਆਈ ਕਿਉਂ ਆਈ ਛੋਟੀ ਉਹ ਮੁਰਸ਼ਦ ਦੇ ਪ੍ਰੇਮ ਦੀ ਨਿਸ਼ਾਨੀ ਹੈ ਕਹਿੰਦੇ ਬਾਬਾ ਫਰੀਦ ਜੀ ਦੇ ਖਾਨਦਾਨ ਦੇ ਵਿੱਚੋਂ ਜਿਹੜੇ ਅਕਯੋਂ ਬੱਚੇ ਵੀ ਜਨਮ ਲੈਂਦੇ ਰਹੇ ਉਹਨਾਂ ਦੇ ਵੀ ਕਹਿੰਦੇ ਥੋੜਾ ਜਿਹਾ ਉਸੇ ਤਰ੍ਹਾਂ ਹੀ ਆਖਦੀ ਉਹ ਨਿਸ਼ਾਨੀ ਜਿੱਦਾਂ ਫੈਮਿਲੀ ਵਿੱਚ ਹੁੰਦੀ ਹੈ ਨਾ ਚੱਲਦੀ ਇਵੇਂ ਹੀ ਆਉਂਦੀ ਰਹੀ ਕਾਫੀ ਲੰਬਾ ਸਮਾਂ ਔਰ ਉਹ ਅੱਖ ਦੇਖਦੇ ਸਨ ਜਿਸ ਬੱਚੇ ਦੀ ਅੱਖ ਇਸ ਤਰ੍ਹਾਂ ਹੁੰਦੀ ਸੀ ਉਹ ਪਰਿਵਾਰ ਵਾਲੇ ਬੜਾ ਵੱਡਾ ਜਸ਼ਨ ਮਨਾਉਂਦੇ ਸਨ ਕਿ ਸਾਡੇ ਪਿਤਾ ਪੁਰਖਿਆਂ ਨੇ ਬਾਬਾ ਫਰੀਦ ਜੀ ਨੇ ਆਪਣੇ ਗੁਰੂ ਨੂੰ ਰਜ਼ਾਇਆ ਸੀ ਅੱਖ ਦੇ ਕੇ ਸਾਡੇ ਖਾਨਦਨ ਵਿੱਚ ਉਹਨਾਂ ਦੀਆਂ ਬਖਸ਼ਿਸ਼ਾਂ ਉਹਨਾਂ ਦੇ ਰਹਿਮਤਾਂ ਚੱਲੀਆਂ ਆ ਰਹੀਆਂ ਨੇ ਤੋ ਅੱਜ ਕਾਕਾ ਵਕਤਿਆਰ ਨਾਮ ਦਾ ਮੁਰਸ਼ਿਦ ਉਹਨਾਂ ਨੇ ਬਾਬਾ ਫਰੀਦ ਜੀ ਨੂੰ ਕਿਹਾ ਕਾਕਾ 14 ਵਰਿਆਂ ਬਾਅਦ ਜਦੋਂ ਬੁਲਾਇਆ ਨਾ ਬੜੀਆਂ ਫਿਰ ਰਹਿਮਤਾਂ ਵਰਸਾਈਆਂ ਕਿ ਹਾਂ ਕਾਕਾ ਤੇਰੀ ਭਗਤੀ ਤੇਰੀ ਸੇਵਾ ਥਾਂ ਹੀ ਪਈ ਹੈ ਹੁਣ ਤੇਰੇ ਔਰ ਮੇਰੇ ਵਿੱਚ ਕੋਈ ਭੇਦ ਨਹੀਂ ਘੁੱਟ ਕੇ ਆਪਣੇ ਗਲੇ ਦੇ ਨਾਲ ਲਗਾ ਲਿਆ ਫਿਰ ਨਾਲ ਕਿਹਾ ਕਾਕਾ ਜਿਵੇਂ ਤੂੰ ਖੁਦਾਏ ਪਾਇਆ ਹੈ ਨਾ ਹੁਣ ਤੂੰ ਸੰਸਾਰ ਨੂੰ ਇਹ ਗਿਆਨ ਦੇ ਕਿ ਤੂੰ ਕਿਵੇਂ ਖੁਦਾਏ ਪਾਇਆ ਹੁਣ ਤੇਰੀ ਇਹ ਸੇਵਾ ਨਹੀਂ ਜੋ ਤੂੰ ਇੱਥੇ ਕਰ ਰਿਹਾ ਸੀ ਹੁਣ ਇਹ ਗਿਆਨ ਵੰਡ ਹੁਣ ਤੂੰ ਰੋਸ਼ਨ ਹੈ ਇਹ ਰੌਸ਼ਨੀ ਵੰਡ ਸੰਸਾਰ ਦੇ ਵਿੱਚ ਬਾਬਾ ਜੀ ਨੇ ਫਿਰ ਰੌਸ਼ਨੀ ਵੰਡੀ ਉਹ ਰੌਸ਼ਨੀ ਬਾਬਾ ਜੀ ਨੂੰ ਬਾਣੀ ਰੂਪ ਦੇ ਵਿੱਚ ਆਈ ਉਹ ਗੁਰਨਾਨਕ ਸੱਚੇ ਪਾਤਸ਼ਾਹ ਜੀ ਜਦੋਂ ਪਾਕਪਟਨ ਗਏ ਨੇ ਬਾਬਾ ਫਰੀਦ ਜੀ ਦੀ ਗੱਦੀ ਦੇ ਉੱਤੇ ਜਿਹੜੇ ਬਾਹਰ ਵਿੱਚ ਸ਼ੇਖ ਬੈਠੇ ਸਨ ਉਹਨਾਂ ਦੇ ਪਾਸੋਂ ਬਾਬਾ ਫਰੀਦ ਜੀ ਦੀ ਬਾਣੀ ਗੁਰਨਾਨਕ ਸੱਚੇ ਪਾਤਸ਼ਾਹ ਜੀ ਲੈ ਕੇ ਆਏ ਇਹ ਸੱਚ ਨਾਲ ਜੁੜੀ ਹੋਈ ਬਾਣੀ ਗੁਰਨਾਨਕ ਦੇਵ ਜੀ ਨੇ ਅੱਗੇ ਤਨਤਨ ਸਿਰਗੁਰੂ ਅੰਗਦੇਵ ਜੀ ਮਹਾਰਾਜ ਜੀ ਨੂੰ ਸੌਪੇ ਸਤਗੁਰਾਂ ਨੇ ਅੱਗੋਂ ਤਨਤਨ ਸਿਰਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ ਤਨਤਨ ਸਿਰਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਚੌਥੇ ਪਾਸ਼ਾਈ ਤਨਤਨ ਸਿਰਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਸਪੁਰਦ ਕੀਤੀ ਸਤਗੁਰਾਂ ਨੇ ਅੱਗੋਂ ਪੰਜਮ ਪਾਸ਼ਾ ਤਨਤਨ ਸਿਰਗੁਰੂ ਅਰਜਨ ਦੇਵ ਜੀ ਨੂੰ ਉਹੀ ਬਾਣੀ ਦਿੱਤੀ ਤੋਂ ਸਤਗੁਰਾਂ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ 1604 ਈਸਵੀ ਦੇ ਵਿੱਚ ਸੰਪਾਦਨਾ ਕੀਤੀ ਬਾਬਾ ਫਰੀਦ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤੀ ਹੈ ਉਨਿਸ ਬਾਣੀ ਵਿੱਚ ਬੈਠ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਫਰੀਦ ਜੀ ਸ਼ੁਭਤ ਹੋ ਕੇ ਦੱਸ ਰਹੇ ਨੇ ਭਾਈ ਕਿਵੇਂ ਪਰਮਾਤਮਾ ਨੂੰ ਪਾਣਾ ਹੈ ਬਾਬਾ ਫਰੀਦ ਜੀ ਕਹਿੰਦੇ ਨੇ ਮੈਂ ਬੜਾ ਜੰਗਲਾਂ ਦੇ ਵਿੱਚ ਭਟਕਿਆ ਮੈਨੂੰ ਖੁਦਾ ਜੰਗਲਾਂ ਦੇ ਵਿੱਚ ਨਹੀਂ ਮਿਲਿਆ ਸਾਨੂੰ ਵੀ ਮੈਸੇਜ ਦੇ ਰਹੇ ਨੇ ਭਾਈ ਤੁਸੀਂ ਵੀ ਜੰਗਲਾਂ ਦੇ ਵਿੱਚ ਨਾ ਫਿਰਿਓ ਕੀ ਕਹਿੰਦੇ ਨੇ ਬਾਬਾ ਫਰੀਦ ਜੀ ਫਰੀਦਾ ਜੰਗਲ ਜੰਗਲ ਕਿਹਾ ਪਵੇ ਵਣ ਕੰਡਾ ਮੋੜੇ ਵਸੀ ਰੱਬ ਹਿਆਲੀ ਹੈ ਜੰਗਲ ਕਿਆ ਟੁੰਡੇ ਕਹਿੰਦੇ ਐਵੇਂ ਨਾ ਬਾਹਰ ਲੱਭਦੇ ਫਿਰੋ ਪਰਮਾਤਮਾ ਤੁਹਾਡੇ ਹਿਰਦੇ ਵਿੱਚ ਹੈ ਇੱਥੇ ਤਲਾਸ਼ੋ ਤੁਹਾਨੂੰ ਇੱਥੇ ਮਿਲੇਗਾ ਬਾਬਾ ਫਰੀਦ ਜੀ ਦੀ ਇਤਨੀ ਵੱਡਮੁੱਲੀ ਬਾਣੀ ਬਾਣੀ ਸਾਰੀ ਵੱਡਮੁੱਲੀ ਹੈ ਲੇਕਿਨ ਬਿਲਕੁਲ ਕਲੀਅਰ ਕੱਟ ਫਾਰਮੂਲੇ ਨੇ ਉਹਨਾਂ ਦੇ ਉੱਤੇ ਅਗਰ ਗੁਰੂ ਮਾਰ ਦੀ ਰਹਿਮਤ ਹੋ ਜਾਵੇ ਅਸੀਂ ਚੱਲਣ ਲੱਗ ਜਾਈਏ ਜੀਵਨ ਪਲਟੀ ਖਾ ਜਾਏਗਾ ਬਾਬਾ ਫਰੀਜੀ ਦੀ ਬਾਣੀ ਦਾ ਇੱਕੋ ਫਾਰਮੂਲਾ ਅਗਰ ਅਸੀਂ ਲੈ ਲਈਏ ਸਾਡੇ ਘਰਾਂ ਵਿੱਚ ਕਲੇਸ਼ ਖਤਮ ਪੂਰੇ ਸੰਸਾਰ ਵਿੱਚ ਜਿਹੜਾ ਖਤਰਾ ਬਣਿਆ ਹੋਇਆ ਹੈ ਨਾ 3rd World War ਦਾ ਇਹ ਸਵਾਲ ਹੀ ਨਹੀਂ ਪੈਦਾ ਹੁੰਦਾ ਅਗਰ ਇਸ ਨੂੰ ਅਸੀਂ ਸਮਝ ਲਈਏ ਬਾਬਾ ਫਰੀਜੀ ਕਹਿੰਦੇ ਨੇ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨ ਹੰਡਾਏ ਦੇਹੀ ਰੋਗ ਨਾਲ ਲੱਗ ਗਈ ਪੱਲੇ ਸਭ ਕੁਛ ਪਾਇਆ ਬੁਰੇ ਦਾ ਵੀ ਭਲਾ ਕਰੋ ਬਾਬਾ ਜੀ ਕਹਿੰਦੇ ਨੇ ਸਾਡੇ ਕੋਲੋਂ ਤਾਂ ਭਲੇ ਦਾ ਵੀ ਭਲਾ ਨਹੀਂ ਹੁੰਦਾ ਬੱਬਾ ਜੀ ਕਹਿੰਦੇ ਬੁਰੇ ਦਾ ਵੀ ਭਲਾ ਕਰੋ। ਕੌਣ ਕਰਦੇ ਨੇ ਬੁਰੇ ਦਾ ਭਲਾ? ਜਿਹੜੇ ਆਪਣੇ ਗੁਰੂ ਦੇ ਬਚਨ ਕਮਾਉਂਦੇ ਨੇ ਕੀਤਾ ਹੈ ਬੁਰੇ ਦਾ ਭਲਾ। ਕਲਗੀਧਰ ਪਾਤਸ਼ਾਹ ਜੀ ਦੇ ਅਨੰਨ ਸਿੱਖ ਭਾਈ ਸਾਹ ਭਾਈ ਕਨੀਆ ਜੀ ਨੇ ਜੰਗੇ ਮੈਦਾਨ ਵਿੱਚ ਦੁਸ਼ਮਣਾਂ ਨੂੰ ਪਾਣੀ ਪਿਲਾਇਆ ਸੀ। ਔਰ ਜਦੋਂ ਕਲਗੀਆਂ ਵਾਲਿਆਂ ਨੇ ਅੱਗੋਂ ਮਰਮ ਪੱਟੀਆਂ ਵੀ ਦਿੱਤੀਆਂ ਸਨ ਪਾਈ ਜ਼ਖਮੀਆਂ ਦੇ ਇਹ ਵੀ ਤੁਸੀਂ ਕਰੋ ਕੀਤਾ ਸੀ ਬੁਰੇ ਦਾ ਭਲਾ। ਤਾਂ ਮਹਾਰਾਜ ਜੀ ਕਹਿੰਦੇ ਤੁਸੀਂ ਵੀ ਸਾਰੇ ਇਵੇਂ ਕਰੋ ਬੁਰੇ ਦਾ ਭਲਾ ਕਰ। ਗੁੱਸਾ ਮਨ ਨਾ ਹੰਡਾਏ ਜਦੋਂ ਤੁਸੀਂ ਗੁੱਸਾ ਨਹੀਂ ਕਰੋਗੇ ਕੀ ਹੋ ਜਾਏਗਾ ਦੇਹੀ ਰੋਗ ਨਾ ਲੱਗਈ ਪੱਲੇ ਸਭ ਕੁਛ ਪਾਏ ਤੁਹਾਨੂੰ ਦੇਹ ਨੂੰ ਬਿਮਾਰੀਆਂ ਨਹੀਂ ਲੱਗਣਗੀਆਂ ਅੱਜ ਮੈਡੀਕਲ ਸਾਇੰਸ ਵੀ ਕਹਿ ਰਹੀ ਹੈ ਕਿ ਕ੍ਰੋਧ ਕਰਨ ਦੇ ਨਾਲ ਇਹੋ ਜਿਹੇ ਜ਼ਹਿਰੀਲੇ ਕੈਮੀਕਲ ਸਾਡੇ ਅੰਦਰ ਪੈਦਾ ਹੋ ਜਾਂਦੇ ਨੇ ਜਿਸ ਦੇ ਨਾਲ ਸਾਡੇ ਸਰੀਰ ਨੂੰ ਬਿਮਾਰੀਆਂ ਲੱਗਦੀਆਂ ਨੇ ਤਾਂ ਮਹਾਰਾਜ ਜੀ ਬਾਣੀ ਵਿੱਚ ਸਾਨੂੰ ਪਹਿਲਾਂ ਹੀ ਸਮਝਾ ਰਹੇ ਨੇ ਹੋਰ ਬਾਬਾ ਫਰੀਦ ਜੀ ਕਹਿੰਦੇ ਨੇ ਸਬਰ ਸੰਤੋਖ ਵਿੱਚ ਰਹਿਣਾ ਸਿਖਾਉਂਦੇ ਨੇ ਕਹਿੰਦੇ ਨੇ ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ ਮੱਤਾ ਦੁੱਖੀ ਪਤਾ ਕਿਉਂ ਹੈ ਮਨੁੱਖਾ ਜੋ ਮਿਲਿਆ ਹੈ ਉਸ ਦਾ ਸ਼ੁਕਰਾਨਾ ਨਹੀਂ ਕਰਦੇ ਔਰ ਦੂਸਰਿਆਂ ਵੱਲ ਦੇਖ ਦੇ ਕੇ ਆਪਣੇ ਆਪ ਨੂੰ ਦੁਖੀ ਕਰ ਰਹੇ ਹਾਂ ਉਸ ਨੂੰ ਉਹ ਮਿਲਿਆ ਹੈ ਮੈਨੂੰ ਕਿਉਂ ਨਹੀਂ ਮਿਲਿਆ ਬਾਬਾ ਜੀ ਕਹਿੰਦੇ ਨੇ ਤੁਹਾਨੂੰ ਜੋ ਮਿਲਿਆ ਨਾ ਰੁੱਖੀ ਸੁੱਖੀ ਖਾ ਕੇ ਉਹਦੇ ਸਬਰ ਸ਼ੁਕਰ ਦੇ ਵਿੱਚ ਰਹੇ ਹੋਰ ਬਾਬਾ ਫ੍ਰਿਜੀ ਕਹਿੰਦੇ ਨੇ ਅੰਮ੍ਰਿਤ ਵੇਲੇ ਉੱਤੇ ਬੜਾ ਜ਼ੋਰ ਦਿੰਦੇ ਨੇ ਕਹਿੰਦੇ ਨੇ ਪਹਿਲੇ ਪੈਰੇ ਫੁਲੜਾ ਪੱਲ ਵੀ ਪਛਾ ਰਾਤ ਜੋ ਜਗਨ ਲਹਨ ਸੇ ਸਾਈ ਕੰਨੋ ਦਾਤ ਪਹਿਲਾ ਪੈਰ ਇਹ ਰਾਤ ਦੇ ਚਾਰ ਪੈਰਾਂ ਦੀ ਗੱਲ ਕੀਤੀ ਹੈ 6 ਤੋਂ 9 ਵਜੇ ਦਾ ਜੋ ਸਮਾਂ ਹੈ ਇਹ ਰਾਤ ਦਾ ਪਹਿਲਾ ਪੈਰ ਹੈ ਇਸ ਦੇ ਵਿੱਚ ਬੰਦਗੀ ਕਰਨਾ ਇਵੇਂ ਹੈ ਜਿਵੇਂ ਕਿਸੇ ਪlant ਨੂੰ ਫਲ ਲੱਗ ਜਾਂਦੇ ਨੇ ਜਿਹੜਾ ਆਪਣਾ ਸ਼ਾਮ ਨੂੰ 6 ਤੋਂ 9 ਵਜੇ ਤੱਕ ਦਾ ਸਮਾਂ ਹੈ ਔਰ ਸਵੇਰ ਨੂੰ ਅੰਮ੍ਰਿਤ ਵੇਲੇ ਫਿਰ ਕੀ ਲੱਗਦਾ ਹੈ ਇਹ ਜਿਹੜਾ ਸ਼ਾਮ ਨੂੰ 6 ਤੋਂ 9 ਵਜੇ ਤੱਕ ਭਜਨ ਸਿਮਰਨ ਬੰਦਗੀ ਵਿੱਚ ਰਹੇ ਸਵੇਰ ਨੂੰ ਜਦੋਂ ਉੱਠੇ ਫਿਰ ਬੰਦਗੀ ਕੀਤੀ ਫਲ ਵੀ ਪੱਛਰਾ ਫਿਰ ਫਰੂਟ ਬਣਦਾ ਹੈ ਉਸੇ ਦਾ ਔਰ ਸਾਇੰਸ ਵੀ ਕਹਿ ਰਹੀ ਹੈ ਦੇਖੋ ਸਤਿਗੁਰਾਂ ਦੀ ਸਾਇੰਸ ਕਿਤਨੀ ਜ਼ਬਰਦਸਤ ਬਾਬਾ ਜੀ ਦੀ ਸਾਇੰਸ ਵੀ ਕਹਿ ਰਹੀ ਹੈ ਕਿ ਰਾਤ ਨੂੰ ਜਿਸ ਤਰ੍ਹਾਂ ਦੇ ਮਨੋ ਭਾਵ ਨਾਲ ਤੁਸੀਂ ਸੌ ਜਾਂਦੇ ਹੋ ਅਕੀਰਲਾ ਥਾਟ ਸਾਰੀ ਰਾਤ ਤੁਹਾਡੇ ਸਬਕੌਂਸ਼ੀਅਸ ਮਾਈਂਡ ਵਿੱਚ ਕੰਮ ਕਰਦਾ ਹੈ ਉਸ ਦਾ ਅਸਰ ਤੁਹਾਡੇ ਉੱਤੇ ਹੋ ਕੇ ਹੀ ਰਹਿੰਦਾ ਹੈ। ਤੋਂ ਜੋ ਰਾਤ ਨੂੰ ਜਿਨ੍ਹਾਂ ਭਾਵਾਂ ਵਿੱਚ ਸੁੱਤੇ ਜਿਨ੍ਹਾਂ ਵਿਚਾਰਾਂ ਵਿੱਚ ਸੁੱਤੇ ਸਵੇਰ ਨੂੰ ਸੁੱਤੇ ਉੱਠੂਗੇ ਉਹੀ ਭਾਵ ਅੱਗੇ ਚੱਲ ਰਹੇ ਹੋਣਗੇ ਉਹੀ ਥਾਟਸ ਚੱਲ ਰਹੇ ਹੋਣਗੇ। ਹੁਣ ਰਾਤ ਨੂੰ ਅਗਰ ਬੰਦਗੀ ਕਰਕੇ ਆ ਸੌ ਗਏ ਸਵੇਰੇ ਸੁੱਤੇ ਉੱਠਾਂਗੇ ਤਾਂ ਬੰਦਗੀ ਹੀ ਕਰਦਿਆਂ ਮਨ ਕਰੇਗਾ ਜੁੜਨ ਦੇ ਲਈ ਨਾਮ ਜਪਣ ਲਈ ਭਜਨ ਸਿਮਰਨ ਦੇ ਲਈ। ਲੇਕਿਨ ਅੰਮ੍ਰਿਤ ਵੇਲੇ ਦਾ ਧਿਆਨ ਜ਼ਰੂਰ ਰੱਖਣਾ ਹੈ। ਰਾਤਾਂ ਨੂੰ ਅਸੀਂ ਜਾਗਦੇ ਹਾਂ ਅੰਮ੍ਰਿਤ ਵੇਲੇ ਅਸੀਂ ਸੁੱਤੇ ਹੁੰਦੇ ਹਾਂ ਅੰਮ੍ਰਿਤ ਵੇਲੇ ਤੋਂ ਬਿਨਾ ਗੱਲ ਨਹੀਂ ਬਣੇਗੀ ਗੁਰਨਾਨਕ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਪਿਛੋਂ ਰਤੀ ਸਦੜਾ ਨਾਮ ਕਸਮ ਕਾਲੇ ਪਿਛੋਂ ਰਤੀ ਦਾ ਮਤਲਬ ਅੰਮ੍ਰਿਤ ਵੇਲਾ ਪਿਛੋਂ ਰਤੀ ਸਦੜਾ ਨਾਮ ਕਸਮ ਕਾਲੇ ਉਹਨਾਂ ਨੂੰ ਮਿਲਦਾ ਕੀ ਹੈ ਖੇਮੇ ਛਤਰ ਸਰਾਈ ਚੇ ਦਿਸਣ ਰਤ ਪੀੜੇ ਦਿਨੀ ਤੇਰਾ ਨਾਮ ਤੇ ਆਇਆ ਤੈਨ ਕੋ ਸੱਦ ਮਿਲੇ ਏ ਵਾਹਿਗੁਰੂ ਜੀ ਅੰਮ੍ਰਿਤ ਵੇਲੇ ਵਿੱਚ ਉੱਠ ਕੇ ਜਿਨ੍ਹਾਂ ਨੇ ਵੀ ਤੁਹਾਡਾ ਨਾਮ ਜਪਿਆ ਉਹਨਾਂ ਦਾ ਲੋਕ ਵੀ ਸੁਖੀ ਪਰਲੋਕ ਵੀ ਸੁਹੇਲਾ ਹੋ ਜਾਂਦਾ ਹੈ ਖੇਮੇ ਛਤਰ ਸਰਾਇ ਚ ਮਤਲਬ ਪਰਮਾਤਮਾ ਨਾਲ ਰੱਥ ਘੋੜੇ ਅਸਵਾਰੀਆਂ ਛਤਰ ਸਿੰਘ ਅਸਨ ਖਾਲੀ ਕਰ ਦਿੰਦਾ ਹੈ ਔਰ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਵਿੱਚ ਵਾਹਿਗੁਰੂ ਦਾ ਨਾਮ ਜਪਿਆ ਉਹਨਾਂ ਨੂੰ ਤਾਂ ਪਰਮਾਤਮਾ ਆਪ ਹੀ ਸੱਦ ਕੇ ਮਿਲ ਜਾਂਦਾ ਹੈ ਪਰ ਲੋਕ ਵੀ ਸੁਖੀ ਪਰਲੋਕ ਵੀ ਸੁਹੇਲਾ ਔਰ ਬਾਬਾ ਜੀ ਕਹਿੰਦੇ ਨੇ ਅਗਰ ਇਹ ਜੀਵ ਆਤਮਾ ਪਰਮਾਤਮਾ ਨੂੰ ਮਿਲਣਾ ਚਾਹੁੰਦੀ ਹੈ ਤਿੰਨ ਗੁਣ ਆਪਣੇ ਅੰਦਰ ਧਾਰਨ ਕਰ ਲਾ ਨਿਵਨ ਸੁਖਰ ਖਵਣ ਗੁਣ ਜਿਹਾ ਮਣੀਆਂ ਮੰਤ ਇਸ ਤਰ੍ਹਾਂ ਪਹਿਣੇ ਵੇਸ ਕਰ ਤਾਂ ਬਸ ਆਭਿਕੰਤ ਨਿਵਨ ਸੁਖਰ ਨਿਮਰਤਾ ਇਹ ਧਾਰਨ ਕਰ ਲਾ ਬਾਬਾ ਜੀ ਕਹਿੰਦਾ ਤਾਂ ਗੱਲ ਬਣੇਗੀ ਦੂਸਰਾ ਖਵਣ ਗੁਣ ਮਾਫ ਕਰ ਦੇਣਾ ਮਾਫੀ ਮੰਗ ਲੈਣੀ ਇੰਨੀ ਅਸੀਂ ਕਰਦੇ ਆਏ ਤੀਤੀ ਸਾਲ ਅੰਦਰ ਪੁਰਾਣੀਆਂ ਗੱਲਾਂ ਲੈ ਕੇ ਬੈਠੇ ਆ ਉਸਨੇ ਮੈਨੂੰ ਉਹ ਕਹਿ ਦਿੱਤਾ ਉਹ ਕਹਿ ਦਿੱਤਾ ਲੇਕਿਨ ਬਾਬਾ ਫਰੀਦੀ ਕਹਿੰਦੇ ਨੇ ਅਗਰ ਤੂੰ ਰੱਬ ਨੂੰ ਮਿਲਣਾ ਹੈ ਨਾ ਫਰ ਕਰਦੇ ਮਾਫ ਛੱਡ ਦੇ ਸੱਪ ਨੂੰ ਨਿਵਣ ਸਵਖਰ ਖਵਣ ਕੋਣ ਜੇ ਵਾਂ ਮਣੀਆਂ ਮੰਤ ਮਿੱਠੇ ਮਿੱਠੇ ਬੋਲ ਬੋਲ ਸਾਰੇ ਕਲੇਸ਼ ਕੀ ਬੋਲਾਂ ਦੇ ਕਾਰਨ ਹੀ ਹੈ ਘਰਾਂ ਵਿੱਚ ਕਲੇਸ਼ ਜਦੋਂ ਗਲਤ ਸ਼ਬਦਾਂ ਦਾ ਇਸਤੇਮਾਲ ਕਰਦੇ ਹਾਂ ਉਦੋਂ ਹੀ ਲੜਾਈਆਂ ਪਾਦੀਆਂ ਨੇ ਦੋ ਹੀ ਬੋਲ ਬੋਲੇ ਗਏ ਸੀ ਅਨੇਦਾਨਾ ਇਤਨਾ ਵੱਡਾ ਮਹਾਭਾਰਤ ਹੋ ਗਿਆ ਸੀ। ਇਵੇਂ ਹੀ ਅਸੀਂ ਜਦੋਂ ਨਹੀਂ ਧਿਆਨ ਰੱਖਦੇ ਆਪਣੇ ਸ਼ਬਦਾਬਲੀ ਦਾ ਕਲੇਸ਼ ਘਰਾਂ 'ਚ ਵਧਦੇ ਨੇ। ਬਾਬਾ ਜੀ ਕਹਿੰਦੇ ਤੁਸੀਂ ਮਿੱਠਾ ਬੋਲੋ ਭਾਈ। ਕਹਿੰਦੇ ਤਾਂ ਵਸ ਆ ਵੀ ਗੰਤ ਪਰਮਾਤਮਾ ਹੀ ਤੁਹਾਡੇ ਵਸ ਵਿੱਚ ਆ ਜਾਵੇਗਾ। ਜੀਵਾਤਮਾ ਤੋਂ ਪਰਿਵਾਰ ਦੇ ਮੈਂਬਰਾਂ ਵਿੱਚ ਵੀ ਤਾਂ ਪਰਮਾਤਮਾ ਹੀ ਵਸਦਾ ਹੈ ਨਾ। ਅਗਰ ਪਰਿਵਾਰ ਵਿੱਚ ਇੱਕ ਦੂਸਰੇ ਨੂੰ ਪ੍ਰੇਮ ਦੇ ਨਾਲ ਬੋਲਾਂਗੇ ਤਾਂ ਪਰਿਵਾਰ ਵਿੱਚ ਵੀ ਤਾਂ ਐਕਸੈਸਰ ਨੂੰ ਪਾ ਸਕਦੇ ਹਾਂ ਨਾ ਸਾਂਝ ਬਣੇਗੀ ਸਾਡੇ। ਸੋ ਬਾਬਾ ਜੀ ਨੇ ਸਾਨੂੰ ਬਹੁਤ ਬਹੁਤ ਸਿੱਖਿਆਵਾਂ ਦਿੱਤੀਆਂ ਇੱਕ ਵੀ ਸਾਡੇ ਅਗਰ ਜੀਵਨ ਦੇ ਵਿੱਚ ਅਸਰ ਕਰ ਜਵੇ ਸਾਡਾ ਜੀਵਨ ਪਲਟੀ ਖਾ ਜਾਏਗਾ ਹੁਣ ਗੁਰੂ ਪਿਆਰੀ ਸਾਥ ਸੰਗਤ ਜੋ ਬਾਬਾ ਫਰੀਦ ਜੀ ਦੇ ਕੋਲ ਸੱਚਾ ਗੁਰੂ ਨਹੀਂ ਸੀ ਬਾਅਦ ਵਿੱਚ ਆ ਕੇ ਮਿਲਿਆ ਕਦੀ ਜੰਗਲਾਂ ਵਿੱਚ ਪਟਕੇ ਕਦੀ ਕੁਛ ਕੀਤਾ ਕਦੀ ਕੁਛ ਕੀਤਾ ਲੇਕਿਨ ਸਾਨੂੰ ਅੱਜ ਗੁਰੂ ਤਲਾਸ਼ਣ ਜਾਣ ਦੀ ਜ਼ਰੂਰਤ ਨਹੀਂ ਸਾਡੇ ਉੱਤੇ ਇਤਨੀ ਰਹਿਮਤ ਹੈ ਅਸੀਂ ਗੁਰੂ ਦੇ ਚਰਨਾਂ ਵਿੱਚ ਹੀ ਬੈਠੇ ਹੋਏ ਹਾਂ ਬਾਬਾ ਫਰੀਦ ਜੀ ਨੂੰ ਐਡਮਿਸ਼ਨ ਨਹੀਂ ਸੀ ਮਿਲਦੀ ਸਾਨੂੰ ਐਡਮਿਸ਼ਨ ਦੇ ਕੋਈ ਰਿਕਵਰਟ ਨਹੀਂ ਹੈ ਸਿਰਫ ਸਾਨੂੰ ਹੀ ਗੁਰੂ ਵੱਲ ਆਣ ਦੀ ਜ਼ਰੂਰਤ ਹੈ ਫਿਰ ਆਪਣੇ ਗੁਰੂ ਦੀ ਕਿਤਨੀ ਚੱਕਰੀ ਕੀਤੀ ਕਿਤਨੀ ਮੁਰਿੱਦੀ ਕੀਤੀ ਆਪਣੇ ਗੁਰੂ ਦੀ ਗੁਰੂ ਦਾ ਦਰ ਨਹੀਂ ਛੱਡਿਆ ਫਿਰ ਗੁਰੂ ਇੱਕ ਦਿਨ ਰੀਜ ਗਿਆ ਔਰ ਗੁਰੂ ਜੋ ਆਪਣਾ ਹੀ ਰੂਪ ਬਾਬਾ ਫਰੀਦ ਜੀ ਨੂੰ ਬਣਾ ਕੇ ਰੱਖ ਦਿੱਤਾ ਅਸੀਂ ਵੀ ਗੁਰੂ ਦੇ ਘਰ ਵਿੱਚ ਐਡਮਿਸ਼ਨ ਲਈਏ ਖੰਡੇ-ਮਾਟੇ ਦਾ ਅਮਰਤ ਛਕੀਏ ਕੰਡੇ ਵੱਟ ਦਾ ਅਮਰਤ ਸ਼ਾਕੇ ਗੁਰੂ ਦੀ ਰਹਿਤ ਮਰਿਆਦਾ ਵਿੱਚ ਚੱਲਿਏ ਮਹਾਰਾਜ ਕਹਿੰਦੇ ਗੁਰਸਤ ਗੁਰ ਕਾਜੋ ਸਿੱਖ ਖਾਏ ਸੋ ਭਲਕੇ ਉਠ ਹਰ ਨਾਮ ਧਿਆਵੇ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅਮਰਤ ਸਰਨਾਵੇ ਅੰਤਰਾਤਮੇ ਇਸ਼ਨਾਨ ਕਰੇ ਗੁਰੂ ਦੀਆਂ ਬਾਣੀ ਦੀਆਂ ਬਿੜੈਆਂ ਵਿਚਾਰਾਂ ਦੇ ਨਾਲ-ਨਾਲ ਮਨ ਦੀਆਂ ਮੈਲਾਂ ਤੋਂ ਵੇ ਰਹਿਤ ਮਰਿਆਦਾ ਵਿੱਚ ਚੱਲਿਏ ਸਾਡਾ ਵੀ ਆਇਆ ਹੋਇਆ ਸੰਸਾਰ ਵਿੱਚ ਸਫਲਾ ਹੋ ਜਾਵੇ ਮਹਾਰਾਜ ਜੀ ਰਹਿਮਤਾ ਕਰਨ ਆਪਣੀਆਂ ਅੱਖਾਂ ਬੰਦ ਕਰੋ ਵਾਹਿਗੁਰੂ ਗੁਰਮੰਤਰ ਦਾ ਜਾਪ ਜਪਿਏ ਔਰ ਨਾਲ ਸਤਿਗੁਰਾਂ ਕੋਲੋਂ ਸਿੱਸਾ ਮੰਗਿਏ ਕਿ ਮਹਾਰਾਜ ਜੀ ਬਾਬਾ ਫਰੀਦ ਜੀ ਤੁਹਾਡਾ ਕਿਵੇਂ ਗੁਰੂ ਦੇ ਆਪਣੀ ਸੇਵਾ ਕੀਤੀ ਗੁਰੂ ਦੇ ਦਰ ਤੇ ਸਾਨੂੰ ਵੀ ਸਿੱਸਾ ਦੋ ਅਸੀਂ ਵੀ ਗੁਰੂ ਦਾ ਦਰ ਨਾ ਛੱਡੀਏ ਗੁਰੂ ਦੇ ਬਚਨ ਕਮਾਈਏ ਸਾਡੇ ਉੱਤੇ ਵੀ ਸਤਿਗੁਰਾਂ ਦੀਆਂ ਰਹਿਮਤਾਂ ਵਰਸਣ ਹੋਵਾ ਹੈ ਗੁਰੂ குரு 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 குரு

व ग्रह 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 व ग्रह

wah gra 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 wah

ਸਤ ਗੁਰਾਂ ਦੇ ਚਰਨਾਂ ਵਿੱਚ ਬੇਨਤੀਆਂ ਕਰਾਂਗੇ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਰਾਜ ਨਾ ਚਾਹੂੰ ਦੁਨਿਆ ਦੇ ਨਾ ਚਾਹੂੰ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ प्रीत चर विण वीन तोदोर जे मंगणा ਦਹੋ ਰੇ ਜੇ ਮੰਗਣਾ ਸਰਦੁ ਕਾ ਕੇ ਦੁਖਾ ਦੇ ਦੁਖਾ ਰੇ ਮਨ ਕੀ ਪੋਖਾ ਰੇ ਮਨ ਕੀ ਪੋਖਾ ਵਿਸਰਨਾਹੀ ਦਾਤਾ

नानक चा हे हा कोटान कोटान शुक्राना जुग जुग टल ਸਾਹਿਤ ਤੰਤਨ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸ਼ੁਕਰ ਹੈ ਦਾਤਾ ਜੀ ਆਪਣੇ ਚਰਨਾਂ ਵਿੱਚ ਬਿਠਾਇਆ ਹੈ ਆਪਣੀ ਕਿਰਪਾ ਦ੍ਰਿਸ਼ਟੀ ਪਾ ਰਹੇ ਹਾਂ ਦਾਤਾ ਜੀ ਆਪਣੀ ਮਿੱਠੀ ਨਿੱਕੀ ਗੋਦੀ ਦਾ ਹਮੇਸ਼ਾ ਹੀ ਸਾਨੂੰ ਆਨੰਦ ਦਿੰਦੇ ਰਹਿਣਾ ਜੀ ਮਨ ਹੀ ਮਨ ਸਾਰੀ ਸੰਗਤ ਦਾ ਸ਼ੁਕਰਾਨਾ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਜੋ ਸਾਨੂੰ ਸੰਗਤ ਵਿੱਚ ਲੈ ਕੇ ਆਏ ਨੇ ਉਨਾਂ ਦਾ ਵੀ ਸ਼ੁਕਰਾਨਾ ਗੁਰਦੁਆਰਾ ਸਾਹਿਬ ਦੇ ਸਾਰੇ ਹੀ ਸੇਵਾਦਾਰਾਂ ਦਾ ਪ੍ਰਬੰਧਕ ਸੇਵਾਦਾਰਾਂ ਦਾ ਸ਼ੁਕਰਾਨਾ ਇਸ ਸੰਗਤ ਦੇ ਫਲ ਤੋਂ ਜੋ ਵੀ ਤੁਹਾਨੂੰ ਪੁੰਨ ਫਲ ਮਿਲੇ ਨੇ ਇਹਨਾਂ ਪੁੰਨ ਫਲਾਂ ਨੂੰ ਸਰਬੱਤ ਦੇ ਭਲੇ ਦੇ ਲਈ ਸਾਰੇ ਸੰਸਾਰ ਵਿੱਚ ਵੰਡ ਦਿਓ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਹੋਈਆਂ ਨਿੱਕਾਂ ਪ੍ਰਕਾਰ ਦੀਆਂ ਪੁੱਲਾਂ ਗਲਤੀਆਂ ਗੁਰੂ ਸਾਹਿਬ ਜੀ ਸਾਰੀ ਸੰਗਤ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ